ਤੁਹਾਡੀ ਢਿੱਲੋਂ ਪ੍ਰੀਤ ਨਾਲ ਮਤਲਬ ਕੀ ਕੋਈ ਅਣਬਣ ਚੱਲ ਰਹੀ ਹੈ? ਕਿਸੇ ਯਾਰ ਨੂੰ ਯਾਰ ਮੈਂ ਆਪ ਨਹੀਂ ਛੱਡਿਆ ਬਾਈ ਅੱਜ ਤੱਕ। ਅੱਛਾ, ਹਨਾ, ਕੋਈ ਆਪ ਦੂਰ ਹੁੰਦਾ ਹੋਈ ਜਾਵੇ, ਉਹ ਚੀਜ਼ਾਂ ਦਾ ਆਪਾਂ ਨੂੰ ਪਤਾ ਨਹੀਂ ਹਨਾ। ਹਰੇਕ ਦੀ ਜ਼ਿੰਦਗੀ ਆ, ਕਿਸੇ ਨੇ ਕਿਵੇਂ ਸੋਚਦਾ, ਕਿਸੇ ਕੋਈ ਕਿਵੇਂ ਸੋਚਦਾ। ਬਾਕੀ ਮੈਂ ਵੀਰੇ ਆਪਦੀ ਫੈਮਿਲੀ ਤੋਂ ਹੀ ਬਹੁਤ ਸਿੱਖ ਲਿਆ ਕੁਛ ਨਾ, ਮੈਨੂੰ ਸਮਝ ਆਉਣ ਲੱਗ ਗਈ। ਮੈਂ ਬੰਦਾ ਅੱਖਾਂ ਤੋਂ ਪੜ੍ਹ ਲਈਦਾ, ਜਾਂ ਪੈਸਾ ਲਾ ਲਓ ਜਾਂ ਕੁਛ ਲਾ ਲਓ, ਫਿਰ ਜਦੋਂ ਆ ਜਾਂਦਾ ਜ਼ਿੰਦਗੀ ਚ ਫਿਰ ਉਹ ਆਪਦੇ ਜੋਗੇ ਕਰ ਲੈਂਦਾ, ਫਿਰ ਉਹ ਯਾਰਾਂ ਜੋਗਾ ਨਹੀਂ ਰੱਖਦਾ ਬੰਦੇ। ਬਾਹਰਲੇ ਪਾਸੇ ਬਹੁਤ ਯਾਰੀਆਂ ਨਿਭਾ ਕੇ ਦੇਖ ਲਈਆਂ ਬਈ, ਆਪਾਂ ਨੂੰ ਤਾਂ ਰਾਸ ਆਈਆਂ ਨੀ, ਹਨਾ। ਕੱਲ ਲੋਕ ਪਤਾ ਕੀ ਮੰਨਦੇ ਆ? ਗੁਰੂ ਨੂੰ ਮੰਨਦੇ ਆ ਜਿਹਦੇ ਕੋਲ ਸੰਦ ਆ। ਸਹੀ ਗੱਲ ਆ। ਤੁਸੀਂ ਟਰੈਕਟਰ ਲੈ ਲਓ ਵੱਡਾ ਇੱਕ, ਉਹਦੇ ਪਵਾ ਲਓ ਚੌੜੇ ਟਾਇਰ, ਇੱਕ ਅੱਧੀ ਰੱਖੋ ਗੱਡੀ, ਦੋ ਚਾਰ ਸੰਦ ਲੈ ਲਓ ਹੋਰ, ਤੁਹਾਨੂੰ ਆਪੀ ਬਾਪੂ ਕਹਿਣ ਲੱਗ ਜਾਣਗੇ ਸਾਰੇ। ਫੈਮਿਲੀ ਦੇ ਵਿੱਚ ਵੀ ਜਿੱਦਾਂ ਮੈਨੂੰ ਘਰਦਿਆਂ ਨੇ ਜ਼ਿਆਦਾ ਪਿੱਛੇ ਮੇਰੀ ਸਪੋਰਟ ਨਹੀਂ ਕੀਤੀ ਨਾ ਸ਼ੁਰੂ ਤੋਂ, ਆਪਾਂ ਕਿਤੇ ਰਿਸ਼ਤੇਦਾਰੀ 'ਚ, ਜਿੱਦਾਂ ਮੇਰਾ ਡੈਡੀ ਦਾਰੂ ਪੀ ਲੈਂਦਾ ਸੀ, ਸਾਨੂੰ ਕਈ ਕਈ ਰਾਤਾਂ ਬਈ ਰਿਸ਼ਤੇਦਾਰੀ 'ਚ ਵੀ ਕੱਢ ਕੇ ਆਉਣੀਆਂ ਪੈਂਦੀਆਂ ਸੀ, ਕੋਈ ਨਹੀਂ ਸੀ ਜਾਂਦਾ ਪਿੱਛੇ ਲੈਣ ਵੀ, ਹਨਾ। ਫਿਰ ਉਹਨੇ ਜਦੋਂ ਸੋਫੀ ਹੋਣਾ ਕਿਤੇ ਉਹਦੇ ਦਿਮਾਗ 'ਤੇ ਕੰਮ ਕਰਨਾ ਸੀ, ਮੈਂ ਤਾਂ ਨਿਆਣੇ ਭੇਜਤੇ ਡੈਡੀ ਨੇ, ਫਿਰ ਉਹਨੇ ਸਾਡੇ ਪਿੱਛੇ ਆਉਣਾ, ਸਾਨੂੰ ਲੈ ਆਉਣਾ, ਫਿਰ ਆ ਕੇ ਇੱਕ ਦੋ ਦਿਨਾਂ ਬਾਅਦ ਫਿਰ ਉਹੀ ਕੁਛ। ਬਸ ਉਹ ਜ਼ਿੰਦਗੀ ਵੀਰੇ ਮੈਂ ਬਹੁਤ ਔਖਾ ਨਹੀਂ ਕੱਢੀ ਆ। ਹਾਂਜੀ ਦੋਸਤੋ, ਸਵਾਗਤ ਹੈ ਜੀ ਪੰਜਾਬੀ ਜ਼ਿਮੀਂਦਾਰੀ ਯੂਟਿਊਬ ਚੈਨਲ ਦੇ ਵਿੱਚ। ਤਾਂ ਅੱਜ ਸਾਡੇ ਨਾਲ ਜੱਟ 420, ਮਤਲਬ ਕਿ ਜਿਨ੍ਹਾਂ ਦਾ ਯੂਜ਼ਰ ਨੇਮ ਇੰਸਟਾਗ੍ਰਾਮ ਤੇ ਜੱਟ 420, ਸਰਬਜੀਤ ਸਿੰਘ ਧਾਲੀਵਾਲ ਮੌਜੂਦ ਨੇ। ਉਹਨਾਂ ਨਾਲ ਖਾਸ ਗੱਲਬਾਤ ਕਰਾਂਗੇ, ਉਹਨਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜੋ ਜੋ ਗੱਲਾਂ ਬਾਤਾਂ ਹੋਈਆਂ ਸਾਰੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ। ਤੇ ਦੇਖਦੇ ਆ ਵੀਰੇ, ਇੰਸਟਾਗ੍ਰਾਮ ਮਤਲਬ ਜਾਂ ਸੋਸ਼ਲ ਮੀਡੀਆ ਤੇ ਕਹਿ ਲਓ, ਤੁਸੀਂ ਕਦੋਂ ਆਏ? ਅਸਲ ਚ ਸੋਸ਼ਲ ਮੀਡੀਆ ਤੇ ਮੈਂ 2015-16 ਚ ਆਇਆ ਇਹਦੇ ਤੇ। ਤੇ ਅਸੀਂ ਇਕੱਠੇ ਰਹਿੰਦੇ ਹੁੰਦੇ ਸੀਗੇ, ਇੱਥੇ ਯਾਰ ਬੇਲੀ ਸੀਗੇ ਮੇਰੇ, ਨਾਲ ਪੜ੍ਹਦੇ ਹੁੰਦੇ ਸੀ, ਅਸੀਂ ਫਨੀ ਵੀਡੀਓ ਬਣਾਉਣ ਲੱਗ ਗਏ ਏਦਾਂ ਹੀ। ਚਲੋ ਲੋਕਾਂ ਨੂੰ ਪਸੰਦ ਆਉਣ ਲੱਗ ਗਈਆਂ ਹਨਾ, ਤੇ ਆਪਣਾ ਵਧੀਆ ਚਲੋ ਇਹ ਚੀਜ਼ ਆ ਗਏ ਸਵਾਰ ਕੇ। ਤੇ ਇੰਸਟਾਗ੍ਰਾਮ ਬਾਰੇ ਫਿਰ ਸਾਨੂੰ ਪਤਾ ਲੱਗਿਆ ਹਨਾ, ਫਿਰ ਅਸੀਂ ਇਹ ਤੇ ਜ਼ਿਆਦਾ। ਤੇ ਜਦੋਂ ਅਸੀਂ ਇੰਸਟਾਗ੍ਰਾਮ ਤੇ ਆਏ ਸੀ, ਉਦੋਂ ਟਾਵੇਂ ਟਾਵੇਂ ਲੋਕ ਹੁੰਦੇ ਸੀ ਬਾਈ, ਇੰਸਟਾਗ੍ਰਾਮ ਦਾ ਲੋਕਾਂ ਨੂੰ ਇੰਨਾ ਪਤਾ ਨਹੀਂ ਸੀਗਾ। ਹੁਣ ਤਾਂ ਚਲੋ ਹਰੇਕ ਜਿਹਦੀ ਰੀਲ ਚੱਲ ਗਈ ਉਹੀ ਆ ਸਟਾਰ ਆ, ਉਹੀ ਸਟਾਰ ਆ। ਤੇ ਉਹ ਇੰਸਟਾਗ੍ਰਾਮ ਤੇ ਉਦੋਂ ਜਾਂ ਟਾਵੇਂ ਟਾਵੇਂ ਹੁੰਦੇ ਸੀਗੇ, ਜਿੱਦਾਂ ਭਾਨੇ ਸਿੱਧੂ ਹੋਏ ਜਾਂ ਪ੍ਰੋਡਿਊਸਰ ਵਰਗੇ ਇਹ ਹੁੰਦੇ ਸੀਗੇ ਹਨਾ, ਤੇ ਜਾਂ ਆਪਣਾ ਸਤਨਾਮ ਹੋ ਗਿਆ ਵੀਰਾ, ਤੇ ਹੋਰ ਜ਼ਿਆਦਾ ਜਾਣੀ ਦੀ ਇੰਸਟਾਗ੍ਰਾਮ ਤੇ ਉਦੋਂ ਇੰਨੀਆਂ ਚੀਜ਼ਾਂ, ਰੀਲਾਂ ਰੂਲਾਂ ਦਾ ਹੈ ਨਹੀਂ ਸੀ ਟ੍ਰੈਂਡ, ਪਹਿਲਾਂ ਪੈਂਦੀਆਂ ਨਹੀਂ ਸੀ ਹੁੰਦੀਆਂ ਨਾ, ਪਹਿਲਾਂ ਪੋਸਟ ਕੱਲੀ ਪੋਸਟ ਪੈਂਦੀ ਹੁੰਦੀ ਸੀਗੀ। ਤੇ ਉਦੋਂ ਦੇ ਅਸੀਂ ਇੰਸਟਾਗ੍ਰਾਮ ਵੀ ਚਲਾਉਂਦਾ ਮੈਂ, ਤੇ ਅੱਜ ਤੱਕ ਜਾਣੀ ਦੀ ਆਪਾਂ ਪ੍ਰਮੋਸ਼ਨ ਪ੍ਰਮੋਸ਼ਨ ਵਾਲਾ ਕੰਮ ਤਾਂ ਕਦੇ ਕੀਤਾ ਹੀ ਨਹੀਂ ਹਨਾ, ਇੱਕ ਦੋ ਵਾਰੀ ਵਿੱਚ ਦੀ ਪੰਗਾ ਜਿਹਾ ਜ਼ਰੂਰ ਲਿਆ ਸੀਗਾ ਕਿਸੇ ਪ੍ਰੋਡਕਸ਼ਨ ਨਾਲ। ਤੇ ਬਸ ਵਧੀਆ ਵੀ ਰੱਬ ਦੀ ਮਿਹਰ ਨਾਲ ਉਦੋਂ ਤਾਂ ਚੱਲੀ ਜਾਂਦਾ। ਮਤਲਬ ਕਿ ਤੁਸੀਂ ਇੰਸਟਾਗ੍ਰਾਮ ਆ ਜਿਹੜਾ ਉਹ ਕਮਾਈ ਲਈ ਨਹੀਂ ਚਲਾਉਂਦੇ? ਨਾ ਵੀਰੇ, ਆਪਾਂ ਕਿਤੇ ਕਮਾਈ ਕੀਤੀ ਨਹੀਂ ਉਹ ਤੋਂ। ਚਲੋ ਹਾਂ, ਜਿੱਥੇ ਇੱਕ ਗੱਲ ਹੈਗੀ ਆ, ਹੁਣ ਅੱਜ ਕੱਲ ਦਾ ਦੌਰ ਚੇਂਜ ਹੋ ਗਿਆ ਬਈ ਥੋੜਾ ਜਿਹਾ, ਜਿੱਦਾਂ ਪਿਛਲੇ 5 ਸਾਲ ਪਿੱਛੇ ਹਨਾ ਬਹੁਤ ਲੋਕਾਂ ਦਾ ਹੋਰ ਹਿਸਾਬ ਸੀਗਾ ਹਨਾ, ਦਿਲਾਂ ਚ ਪਿਆਰ ਹੁੰਦਾ ਸੀਗਾ, ਪਰ ਜਦੋਂ ਜਦੋਂ ਹੁਣ ਸਟੈਪ ਬਾਏ ਸਟੈਪ ਜਾਣੀ ਜੀ 5 ਸਾਲਾਂ ਦੇ ਵਿੱਚ, ਕਿਉਂਕਿ ਆਪਣੇ ਫੈਮਿਲੀਆਂ ਦੇ ਵਿੱਚ ਫੋਨ ਫਾਨ ਘੱਟ ਹੁੰਦੇ ਸੀ ਵੀਰੇ ਉਦੋਂ, ਹੁਣ ਤਾਂ ਆਪਣੀ ਮਾਤਾ ਹੋਰੀਆਂ ਵੀ ਕਹਿੰਦੀਆਂ ਟੱਚ ਲੈਣਾ। ਸਹੀ ਗੱਲ ਆ ਹਨਾ, ਉਦੋਂ ਫੋਨ ਸੁੱਚਾਂ ਵਾਲੇ ਹੁੰਦੇ ਸੀਗੇ, ਕਿਸੇ ਕੋਲ ਟਾਵੇਂ ਕੋਲ ਹੁੰਦਾ ਸੀਗਾ, ਫਿਰ ਉਹ ਇਹ ਚੀਜ਼ਾਂ ਚਲਾਉਂਦੇ ਸੀਗੇ ਲੋਕ ਹਨਾ। ਤੇ ਮੈਂ ਬਸ ਇੱਕ ਪ੍ਰੋਡਕਸ਼ਨ ਜਿੱਦਾਂ ਕੀਤੀ ਸੀਗੀ ਗੱਲਬਾਤ ਜੀ, ਕਿਹੜਾ ਕਰਾਈ ਸੀ ਕਿਸੇ ਨੇ, ਉਦੋਂ ਆਪਾਂ ਥੋੜਾ ਟਾਈਮ ਉਹਨਾਂ ਦੀਆਂ ਪਾਈਆਂ ਰੀਲਾਂ ਰੂਲਾਂ, ਤੇ ਫਿਰ ਮੈਂ ਆਖਿਆ ਮੈਂ ਇਹਦਾ ਔਖਾ ਬਹੁਤਾ ਕੰਮ। ਠੀਕ ਹੈ। ਤੇ ਜੱਟ 420 ਨਾ ਹੀ ਕਿਉਂ ਰੱਖਿਆ ਐਡੀ ਦਾ, ਜਦ ਕਿ ਤੁਹਾਡਾ ਨਾਮ ਸਰਬਜੀਤ ਸਿੰਘ ਧਾਲੀਵਾਲ? ਜੱਟ 420 ਵੀਰੇ ਉਦੋਂ ਗੀਤ ਆਇਆ ਸੀਗਾ ਬੋਹੇਮੀਆਂ ਦਾ। ਅੱਛਾ। ਤੇ ਅਸੀਂ ਉਦੋਂ ਜ਼ਿਆਦਾ ਯਾਰ ਰੈਪ ਰੂਪ ਜਿਹਾ ਪਹਿਲੀ ਵਾਰ ਸੁਣਿਆ ਸੀਗਾ ਨਾ ਉਹਨਾਂ ਦੇ, ਤੇ ਉਦੋਂ ਬਸ ਏਦਾਂ ਹੀ ਕਰਦੇ ਕਰਦੇ ਜੱਟ 420 ਰੱਖਤਾ ਐਡੀ ਦਾ ਨਾਮ। ਫਿਰ ਉਦੋਂ ਮੁੜ ਕੇ ਅਸੀਂ ਪਾਉਣ ਲੱਗ ਗਏ ਵੀਡੀਓ ਵੀਡੀਓ ਫਨੀ, ਫਿਰ ਉਹ ਚੱਲ ਪਿਆ ਕੰਮ, ਫਿਰ ਨਾ ਚੇਂਜ ਕਰਨ ਦੇ ਜੋਗੇ ਸੀ ਨਾ ਹੋਰ, ਕਿਉਂਕਿ ਫਿਰ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਸੀ ਆਈਡੀ ਜੱਟ 420 ਨਾਮ ਤੇ ਹਨਾ। ਤੇ ਵੀਰੇ ਤੁਹਾਡਾ ਇੱਕ ਇੰਸਟਾਗ੍ਰਾਮ ਅਕਾਊਂਟ ਹੈ ਨਾ ਜਿਹੜਾ ਪਹਿਲਾਂ ਵਾਲਾ, ਉਹਦੇ ਨਾਲ ਕੀ ਚੱਕਰ ਪੈ ਗਿਆ ਸੀ ਅਕਾਊਂਟ ਨਾਲ? ਅਕਾਊਂਟ ਵੀਰੇ ਮੇਰਾ ਪਹਿਲਾਂ ਸੀਗਾ ਜਾਣੀ ਦੀ, ਉਹਦੇ ਹੋ ਗਏ ਸੀਗੇ 2 ਲੱਖ ਕੁਛ ਹਨਾ, 2 ਲੱਖ ਹੋਣ ਵਾਲੇ ਸੀਗੇ,
3 ਲੱਖ ਹੋਣ ਵਾਲੇ ਸੀਗੇ। ਤੇ ਆਪਾਂ ਜਿੱਦਾਂ ਹਨਾ, ਮੈਂ ਜ਼ਿਆਦਾ ਵੀਰੇ ਛੇਤੀ ਯਕੀਨ ਬਹੁਤ ਛੇਤੀ ਕਰ ਲੈਣਾ ਹਨਾ ਹਰੇਕ ਬੰਦੇ ਤੇ। ਤੇ ਜਦੋਂ ਕੋਈ ਬੰਦਾ ਪਿਆਰ ਨਾ ਬਣਾਉਂਦਾ ਆਪਾਂ ਨੂੰ ਐਂ ਹੁੰਦਾ ਯਾਰ ਵੀ ਇਹ ਪਤਾ ਨੀ, ਐਂ ਸੋਚੂਗਾ ਖਾਨੀ ਇਹਨਾਂ ਦਾ ਕੀ ਸਿਸਟਮ ਆ। ਤੇ ਐਂ ਆਪਣੇ ਰਿਸ਼ਤੇਦਾਰ ਸੀਗਾ ਕੋਈ, ਜਿੱਦਾਂ ਉਹਦੇ ਕੋਲ ਮੇਰਾ ਸਾਰਾ ਅਕਾਊਂਟ ਵਗੈਰਾ ਚੱਲਦਾ ਹੁੰਦਾ ਸੀ ਬਾਈ। ਅੱਛਾ। ਤੇ ਕਦੇ ਆਪਾਂ ਪੁੱਛਿਆ ਵੀ ਨੀ, ਉਹਨਾਂ ਨੇ ਮੈਨੂੰ ਬਣਾ ਕੇ ਦਿੱਤਾ ਸੀਗਾ, ਮੈਨੂੰ ਤਾਂ ਇੰਨੀ ਨੌਲੇਜ ਹੈ ਨੀ ਸੀਗੀ ਬਾਈ ਇਹਦੀ, ਅਸਲ ਦੇ ਵਿੱਚ ਉਹ ਜ਼ਿਆਦਾ ਕਰਦੇ ਹੁੰਦੇ ਸੀਗੇ ਹਨਾ। ਤੇ ਉਦੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ, ਜਦੋਂ ਚੱਲ ਪਿਆ ਪੇਜ ਲੋਕ ਦੇਖਣ ਲੱਗ ਗਏ, ਫਿਰ ਹੌਲੀ ਹੌਲੀ ਜਦੋਂ ਮੈਂ ਆਖਿਆ, ਮੈਂ ਕਿਹਾ ਵੀ ਮੈਨੂੰ ਪਤਾ ਲੱਗਿਆ 2-4 ਵਾਰੀ ਵੀ ਉਹ ਮੈਸੇਜ ਹਨਾ ਕਰਦੇ ਆ ਆਸੇ ਪਾਸੇ ਕਰ ਦਿੰਦੇ ਸੀ ਆਈਡੀ ਤੋਂ। ਤੇ ਮੈਨੂੰ ਪਤਾ ਲੱਗਿਆ ਫਿਰ ਬਾਬੇ, ਮੈਂ ਇੰਸਟਾਗ੍ਰਾਮ ਦਾ ਜਿੱਦਾਂ ਆਪ ਚਲਾ ਲਿਆ ਹਨਾ ਆਪਦੇ ਕੋਲ। ਉਦੋਂ ਬਾਅਦ ਉਹਨਾਂ ਨੂੰ ਫਿਰ ਜੈਲਸੀ ਹੋ ਗਈ, ਜਿੱਦਾਂ ਆਪਾਂ ਕਹਿੰਦੇ ਜੈਲਸੀ ਨੀ ਹੁੰਦੀ ਵੀ ਅਸੀਂ ਅਕਾਊਂਟ ਚਲਾਉਂਦੇ ਸੀਗੇ ਤੇ ਹੁਣ ਇਹ ਸਾਥੋਂ ਬਾਹਰ ਹੋਊਗਾ। ਫਿਰ ਉਹਨਾਂ ਨੇ ਅਕਾਊਂਟ ਬਾਈ, ਮੈਂ ਬਹੁਤ ਕੁਛ ਚੇਂਜ ਵੀ ਕੀਤਾ। ਫਿਰ ਉਹਨਾਂ ਨੇ ਅਸਲ ਦੇ ਵਿੱਚ ਉਹਨਾਂ ਕੋਲ ਮੇਲ ਵਗੈਰਾ ਸੀਗੀ, ਮੈਨੂੰ ਇੰਨਾ ਪਤਾ ਨੀ ਸੀ, ਉਹਨਾਂ ਨੇ ਉਹਨਾਂ ਨੂੰ ਮੇਲ ਪਾਤੀ ਇੰਸਟਾ ਨੂੰ ਅਕਾਊਂਟ ਬੰਦ ਕਰ ਦੋ। ਮੈਨੂੰ ਵੀਰੇ ਜਿੱਦਾਂ ਅਕਾਊਂਟ ਬੰਦ ਹੋਇਆ, ਮੈਨੂੰ ਤਾਂ ਉਦਾਂ ਹੀ ਪਤਾ ਲੱਗਿਆ ਵੀ ਅਕਾਊਂਟ ਗਿਆ। ਤੇ ਬਾਅਦ ਚ ਮੈਂ ਪੁੱਛਿਆ, ਮੈਂ ਕਿਹਾ ਅਕਾਊਂਟ ਲੱਭਦਾ ਕਿਉਂ ਨੀ ਗਿਆ ਜਿੱਦਾਂ ਆਪਾਂ ਸਰਚ ਕਰਦੇ ਸੀਗੇ। ਬਸ ਫਿਰ ਬਾਈ ਉਦੋਂ ਬਾਅਦ ਤਾਂ ਫਿਰ 30-32 ਵਾਰ ਬੰਦ ਕਰਤਾ ਬਈ ਉਹਨੇ। ਇਦੋਂ ਬਾਅਦ ਵੀ ਮੈਂ ਜਿਹੜਾ ਪੇਜ ਬਣਾਇਆ ਸੀਗਾ, ਘੱਟੋ ਘੱਟ 30-32 ਵਾਰ ਉਹਨੇ ਰਿਪੋਰਟਾਂ ਮਰਵਾਈਆਂ ਉਹ ਤੇ ਪੈਸੇ ਲਾ ਕੇ। ਠੀਕ ਹੈ। ਜਿੱਦਾਂ ਆਪਾਂ ਕਹਿੰਦੇ ਜੈਲਸੀ ਫੈਕਟਰ ਵੀ ਮੈਨੂੰ, ਮੈਂ ਚਲਾਉਂਦਾ ਸੀ ਪਹਿਲਾਂ ਇੰਸਟਾਗ੍ਰਾਮ ਕਿਉਂ ਨੀ ਚਲਾਇਆ ਹਨਾ। ਹੁਣ ਤਾਂ ਨੀ ਫਿਰ ਉਹ ਬੰਦੇ ਨਾਲ ਲਿਹਾਜ਼ ਹੈਗੀ ਕਿ ਬਈ ਰਿਸ਼ਤੇ ਰਿਸ਼ਤਾ ਸੀਗਾ। ਮੈਂ ਅਸਲ ਦੇ ਵਿੱਚ ਬਈ ਪਿਆਰ ਸਿਰਫ ਆਪਦੀ ਮਾਂ ਨੂੰ ਕਰਦਾ। ਠੀਕ ਹੈ ਨਾ। ਆਪਾਂ ਨੂੰ ਨਾ ਕਿਸੇ ਨੇ ਅੱਜ ਤੱਕ ਕੋਈ ਨਾਲ ਖੜਿਆ ਤੇ ਨਾ ਹੋਰ, ਬਸ ਮੈਂ ਯਾਰ ਜਾਣੀ ਦੀ ਜੈਲਸੀ ਵਾਲੀ ਆ। ਜਿੱਦਾਂ ਆਪਾਂ ਕਹਿੰਦੇ ਰਿਸ਼ਤੇਦਾਰ ਵੀ ਹੋ ਗਏ, ਸਾਰੇ ਹੋ ਗਏ, ਪਤਾ ਨੀ ਕਿਉਂ ਰਿਸ਼ਤਿਆਂ 'ਚ ਫਰਕ ਪੈਂਦਾ ਜਾਂਦਾ। ਅੱਜ ਕੱਲ੍ਹ ਦੀ ਦੁਨੀਆ ਚੇਂਜ ਹੋ ਗਈ ਅਸਲ ਦੇ ਵਿੱਚ ਬਈ ਨਾ। ਫੋਨ ਨੀ ਸੀ ਹੁੰਦੇ ਲੋਕਾਂ ਕੋਲੇ ਪਹਿਲਾਂ, ਜਦੋਂ ਦੇ ਫੋਨ ਆਇਆ ਉਦੋਂ ਦਾ ਦੌਰ ਚੇਂਜ ਹੁੰਦਾ ਜਾਂਦਾ। ਇਹ ਚੀਜ਼ ਨੂੰ ਆਪਣੇ ਲੋਕ ਸਮਝ ਨਹੀਂ ਸਕਦੇ, ਪਰ ਬਹੁਤ ਜ਼ਿਆਦਾ ਫਰਕ ਪਾਇਆ, ਬਹੁਤ ਜ਼ਿਆਦਾ ਫਰਕ ਪੈ ਗਿਆ। ਪਹਿਲਾਂ ਮਾਤਾ ਵਾਲੀਆਂ ਕੋਲ ਕਿੱਥੇ ਫੋਨ ਹੁੰਦੇ ਨੇ, ਸਾਰੀ ਦਿਹਾੜੀ ਕੰਮ ਕਰੀ ਜਾਣਾ। ਜੇ ਅਸੀਂ ਦੱਸਣਾ ਬਾਹਰ ਪਿੰਡ ਦੀ ਗੱਲ ਜੇ ਕੋਈ ਹੋਣੀ ਤਾਂ ਅਸੀਂ ਆ ਕੇ ਦੱਸਦੇ ਹੁੰਦੇ ਸੀਗੇ, ਹੁਣ ਤਾਂ ਨਿਊਜ਼ ਆਉਂਦੀ ਆ ਬਈ। ਹੁਣ ਤਾਂ ਹਰੇਕ ਆਪਦੇ ਬਿਸਤਰੇ ਚ ਪਿਆ, ਆਪਦੇ ਮਾਂ ਪਿਓ ਨੂੰ ਵੀ ਨੀ ਪੁੱਛਦੇ, ਉਹ ਕਹਿੰਦੇ ਅਸੀਂ ਵੀ ਦੇਖ ਲਈ, ਅਸੀਂ ਵੀ ਦੇਖ ਲਈ, ਸਾਰੇ ਫੈਮਿਲੀਆਂ ਦੇ ਵਿੱਚ ਹੀ ਚੱਲੀ ਜਾਂਦਾ ਨਾ। ਤੇ ਜੇ ਆਪਾਂ ਤੁਹਾਡੇ ਬਚਪਨ ਦੀ ਗੱਲ ਕਰੀਏ ਹਨਾ ਵੀਰੇ, ਬਚਪਨ ਕਿਵੇਂ ਦਾ ਸੀਗਾ ਤੁਹਾਡਾ? ਬਚਪਨ ਵੀਰੇ ਮੇਰਾ ਬਸ ਸਾਰਾ ਖੇਡਾਂ ਚ ਹੀ ਨਹੀਂ ਗਿਆ ਯਾਰ। ਅਸਲ ਦੇ ਵਿੱਚ ਕੋਈ ਬੰਦਾ ਜਿੱਦਾਂ ਮੈਨੂੰ ਲੋਕ ਦੇਖ ਲੈਂਦੇ ਵੀ ਹੱਸਦਾ ਰਹਿੰਦਾ ਜਾਂ ਖੁਸ਼ ਰਹਿੰਦਾ ਹਨਾ, ਇਹ ਮੇਰਾ ਸੁਭਾਅ ਬਾਈ। ਤੇ ਜ਼ਿੰਦਗੀ ਮੇਰੀ ਬਹੁਤ, ਜ਼ਿੰਦਗੀ ਨੇ ਮੈਨੂੰ ਸਬਕ ਸਿਖਾਇਆ ਪਿੱਛੇ, ਬਹੁਤ ਔਖੀ ਜ਼ਿੰਦਗੀ ਕੱਢੀ ਆ ਮੈਂ। ਮੇਰੇ ਡੈਡੀ ਦੀ ਡੈਥ ਹੋ ਗਈ ਸੀ ਬਾਈ 2005 ਚ, ਤੇ ਮੈਂ 5-6 ਸਾਲਾਂ ਦਾ ਸੀਗਾ। ਉਦੋਂ ਬਾਅਦ ਮੇਰੀ ਮਾਤਾ ਨੂੰ ਬਸ ਜਿਵੇਂ ਆਪਾਂ ਕਹਿ ਦਿੰਦੇ ਫਿਰ ਜਦੋਂ ਸਾਂਝੇ ਘਰ ਹੁੰਦੇ ਆ ਬਾਈ ਹਨਾ, ਫਿਰ ਕੋਈ ਪੁੱਛਦਾ ਨੀ, ਫਿਰ ਜਦੋਂ ਇਕੱਲੀ ਲੇਡੀ ਰਹਿ ਜਾਂਦੀ ਹੈ ਫਿਰ ਔਖਾ ਹੋ ਜਾਂਦਾ। ਬਸ ਆਈ ਵੀਰੇ ਮੈਂ ਦੌਰ ਕੱਢਿਆ, ਮੇਰੀ ਮਾਂ ਨੇ ਮੈਨੂੰ ਪਾਲਿਆ ਹੁਣ ਤੱਕ ਹਨਾ। ਠੀਕ ਹੈ। ਵਧੀਆ ਜ਼ਿੰਦਗੀ ਸੀ, ਚੱਲੀ ਜਾਂਦੀ ਹੈ ਬਾਈ। ਠੀਕ ਹੈ। ਜਿਵੇਂ ਵੀਰੇ ਤੁਸੀਂ ਕੈਨੇਡਾ ਹਨਾ PR ਹੋ, ਕੈਨੇਡਾ ਚ ਕੈਨੇਡਾ ਜ਼ਿੰਦਗੀ ਜ਼ਿਆਦਾ ਵਧੀਆ ਜਾਂ ਫਿਰ ਉਰੇ? ਇੱਥੋਂ ਵਰਗੀ ਦੇਖ ਵੀਰੇ ਜ਼ਿੰਦਗੀ ਕਿਤੇ ਨਹੀਂ ਮਿਲਦੀ। ਜਿੱਥੇ ਮਰਜ਼ੀ ਜਾ ਵੜਨ ਲੋਕਾਂ ਦੇ ਵਿੱਚ, ਲੋਕ ਇੱਕ ਦੂਜੇ ਨੂੰ ਬਸ ਸਿਰਫ ਇਕੱਲਾ ਐਂ ਹੁੰਦਾ ਲੋਕਾਂ ਨੂੰ ਵੀ ਮੈਨੂੰ ਇਹ ਕਹਿ ਨਾ ਦੇਣ ਜਾਂ ਮੈਂ ਇਹਨਾਂ ਤੇ ਧੌਂਸ ਰੱਖਾਂ, ਧੌਂਸ ਵਾਲਾ ਕੰਮ ਹੋ ਗਿਆ ਨਾ ਜਿਵੇਂ ਆਪਾਂ ਕਹਿੰਦੇ ਮੈਂ ਕੈਨੇਡਾ। ਅਸਲ ਦੇ ਵਿੱਚ ਯਾਰ ਜ਼ਿੰਦਗੀ ਇੱਥੋਂ ਦੀ ਬਹੁਤ ਚੰਗੀ ਆ ਬਾਈ। ਇੱਥੇ ਥੋੜਾ ਜਿਹਾ ਜਿਵੇਂ ਆਪਾਂ ਕਹਿ ਦਿੰਦੇ ਕਾਨੂੰਨ ਦਾ ਨੀ ਹੈਗਾ, ਲੋਕ ਜਿਹੜੇ ਤਾਂ ਅਸਲ ਦੇ ਵਿੱਚ ਬਹੁਤ ਲੋਕ ਤਾਂ ਇਹ ਕਹਿੰਦੇ ਵੀ ਸਾਨੂੰ ਉੱਥੇ ਅਸਲ ਚ ਮਿਲਦੀ ਨੀ ਗੱਲਬਾਤ ਹਨਾ, ਜਿਹੜੀ ਕਰਨੀ ਆ ਜਾਂ ਆਪਾਂ ਪੁੱਛਦੇ ਨੀ ਇੱਥੇ ਆਪਣੇ ਸਰਕਾਰੀ ਦਾਇਰਿਆਂ ਚ ਲੋਕਾਂ ਨੂੰ। ਉਧਰ ਵੀਰੇ ਲੋਕ ਘਰੇ ਬਹਿ ਕੇ ਕਰ ਲੈਂਦੇ ਆ ਇਹੋ ਜਿਹੇ ਕੰਮ, ਇਹ ਚੀਜ਼ਾਂ ਕਰਕੇ ਉਹ ਚੰਗਾ। ਪਰ ਇੱਥੋਂ ਵਰਗੀ ਜ਼ਿੰਦਗੀ ਮੇਰੇ ਹਿਸਾਬ ਨਾਲ ਕਿਤੇ ਹੋਣੀ ਬਾਈ, ਕਿੱਥੇ ਇੱਥੇ ਆਪਾਂ ਸਾਰਾ ਕੁਛ ਘਰੇ ਖਾਂਦੇ ਆ, ਤਾਜ਼ੀਆਂ ਰੋਟੀਆਂ ਆਪਦਾ ਸਾਰਾ ਕੁਛ ਇੱਥੇ ਤਾਜ਼ਾ ਤੋੜ ਕੇ ਲਿਜਾਂਦੇ ਆ, ਉੱਥੇ ਆਪਾਂ ਖਾਂਦੇ ਫਰਿੱਜਰਾਂ ਵਾਲਾ ਸਮਾਨ ਬਾਈ। ਤੇ ਹੁਣ ਤੁਸੀਂ ਕਿੰਨੇ ਟਾਈਮ ਬਾਅਦ ਆਉਂਦੇ ਹੋ ਪੰਜਾਬ ਜਾਂ ਫਿਰ ਜ਼ਿਆਦਾ ਟਾਈਮ ਪੰਜਾਬ ਹੀ? ਆਪਾਂ ਵੀਰੇ ਜ਼ਿਆਦਾ ਟਾਈਮ ਪੰਜਾਬ ਹੀ ਰਹੇ ਹਾਂ।
ਮੈਂ 2017 ਚ ਗਿਆ ਸੀਗਾ, 18 ਚ ਠੀਕ ਹੈ, ਤੇ ਉਦੋਂ ਬਾਅਦ ਫਿਰ ਮੈਂ 1 ਸਾਲ ਤਾਂ ਲਾਇਆ ਪੂਰਾ ਉੱਥੇ ਦੇਖਿਆ ਮੈਂ ਜੋਹਰ ਜਾ ਤੇ ਫਿਰ ਮੈਨੂੰ ਹੌਲੀ ਹੌਲੀ ਫਿਰ ਸਮਝ ਆ ਗਈ ਬਈ ਫਿਰ ਮੈਂ ਇੰਡੀਆ ਦਾ ਜ਼ਿਆਦਾ, ਜਿੱਦਾਂ ਹੁਣ ਮੈਂ ਪਿੱਛੇ ਗਿਆ ਸੀਗਾ ਮੈਂ 6 ਮਹੀਨੇ ਉੱਥੇ ਲਾਇਆ ਹੋਣਾ, 6 ਮਹੀਨੇ ਇੱਧਰ ਲਾ ਲਈਦੇ ਆ ਬਈ ਤੇ ਇੱਧਰ ਮਾਤਾ ਹੁੰਦੀ ਹੈ, ਮਾਤਾ ਮੇਰੀ ਜਾਂਦੀ ਨੀ ਬਾਹਰ, ਉਹਨੂੰ ਇੱਕ ਵਾਰੀ ਲੈ ਕੇ ਗਏ ਸੀਗੇ ਮੁੜ ਕੇ, ਉਹ ਕਹਿੰਦੀ ਮੈਂ ਜਾਣਾ ਨੀ। ਅਸਲ ਦੇ ਵਿੱਚ ਮਾਤਾ ਨਾ ਥੋੜੀ ਜਿਹੀ ਜਿੱਦਾਂ ਮੇਰੇ ਲਾਈਫ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜ਼ਿੰਦਗੀ ਹੈ ਜਿਹੜੀ, ਜਿਵੇਂ ਡੈਡੀ ਚਲਿਆ ਗਿਆ ਸੀਗਾ ਮੇਰਾ, ਉਦੋਂ ਬਾਅਦ ਮੇਰੀ ਕਿਸੇ ਨੇ ਬਾਂਹ ਨੀ ਫੜੀ ਬਾਈ, ਹਨਾ, ਮੈਨੂੰ ਕਿਹਾ ਨੀ ਕਿਸੇ ਨੇ, ਊਂ ਤੋਂ ਜਿਹੜਾ ਕੁਛ ਚੱਲੀ ਜਾਂਦਾ ਚੱਲੀ ਜਾਂਦਾ। ਹੁਣ ਤੱਕ ਜਿੰਨਾ ਕੁਛ ਮੈਂ ਜ਼ਿੰਦਗੀ ਚ ਕੀਤਾ ਬਈ ਆਪਾਂ ਆਪਦਾ, ਜਿੰਨੇ ਸਾਡੀ ਫੈਮਿਲੀ ਬਹੁਤ ਵਧੀਆ ਬਈ, ਚੰਗੇ ਘਰੋਂ ਆ ਹਨਾ, ਫਿਰ ਬਾਅਦ ਚ ਜਦੋਂ ਹੋ ਜਾਂਦਾ ਸ਼ਰੀਕੇ ਬਾਜ਼ੀਆਂ ਹੋ ਜਾਂਦੀਆਂ ਹਨਾ, ਫਿਰ ਹਰੇਕ ਨੂੰ ਐਂ ਹੁੰਦਾ ਕਿ ਮੈਂ ਆਹ ਕਰ ਲਾਂ ਉਹ ਕਰ ਲਾਂ, ਉਹ ਚੀਜ਼ਾਂ ਦਾ ਕਰਕੇ ਉਹਨਾਂ ਦੇ ਰਿਸ਼ਤੇ ਤਾਂ ਤੋੜ ਲਏ, ਪਰ ਇਹਨਾਂ ਨੂੰ ਇਹ ਨੀ ਪਤਾ ਵੀ ਹਨਾ ਗਾਹ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਦੀ ਲੋੜ ਪੈਂਦੀ ਰਹਿੰਦੀ ਹੈ, ਜਿਹੜਾ ਆਪਦਾ ਹੁੰਦਾ ਉਹ ਆਪਦਾ ਹੀ ਹੁੰਦਾ। ਸਹੀ ਗੱਲ, ਮੇਰੀ ਮਾਤਾ ਨੂੰ ਵੀਰੇ ਪਿੱਛੇ ਕੈਂਸਰ ਹੋ ਗਿਆ ਸੀਗਾ, ਮਾਤਾ ਮੇਰੀ ਕੈਂਸਰ ਦੀ ਪੇਸ਼ੈਂਟ ਆ ਹਨਾ, ਤੇ ਕੈਨੇਡਾ ਤੋਂ ਫਿਰ ਮੈਨੂੰ ਇੱਧਰ ਤਾਂ ਕਰਕੇ ਆਉਣਾ ਪੈਂਦਾ, ਕਿਉਂਕਿ ਅੱਜ ਕੱਲ੍ਹ ਬਈ ਜ਼ਮਾਨਾ ਚੇਂਜ ਹੋ ਗਿਆ, ਅੱਜ ਕੱਲ੍ਹ ਅਗਲਾ ਜੇ ਕਹੂਗਾ ਜੇ ਮਾਤਾ ਨੂੰ ਕੋਈ ਗੱਲ ਵੀ ਹੋ ਜੇ ਬਾਈ ਚਾਂਸ, ਕਹਿਣਗੇ ਖਾਨੀ ਬਾਹਰ ਤੁਰਿਆ ਫਿਰਦਾ ਜੀ ਇਹ ਚੱਕਰਾਂ ਦਾ ਮਾਰਾ, ਅਗਲਾ ਕਹਿੰਦਾ ਇਹਨੇ ਤਾਂ ਬਾਹਰ ਦੇ ਚੱਕਰਾਂ ਚ ਮਾਂ ਮਾਰ ਲਈ, ਲੋਕਾਂ ਦਾ ਕਿਹੜਾ ਮੂੰਹ ਫੜੇ ਜਾਣੇ ਆ ਬਾਈ, ਤੇ ਫਿਰ ਆਪਦੇ ਹਿਸਾਬ ਨਾਲ ਚੱਲੀ ਦਾ ਵਧੀਆ ਜ਼ਿੰਦਗੀ ਚੱਲੀ ਜਾਂਦੀ ਆ, ਔਖਾਂ ਬਹੁਤ ਕੱਟੀਆਂ ਬਾਈ, ਮੈਂ ਤੇ ਮੇਰੀ ਮਾਤਾ ਨੇ ਇੰਨਾ ਕੁ ਔਖਾ ਟਾਈਮ ਦੇਖਿਆ, ਕਿਉਂਕਿ ਮੇਰਾ ਡੈਡੀ ਵੀਰੇ ਦਾਰੂ ਪੀਂਦਾ ਹੁੰਦਾ ਸੀਗਾ ਹਨਾ, ਤੇ ਅਸੀਂ ਬਈ ਰਾਤ ਨੂੰ ਉਹਨੇ ਆਉਣਾ ਕਿ ਯਾਰ ਦਾਰੂ ਵਾਲੇ ਦਾ ਸਾਨੂੰ ਪਤਾ ਹੀ ਆ ਹਨਾ, ਕੁੱਟ ਮਾਰ ਕਰਨੀ ਉਹਨੇ, ਫਿਰ ਬਈ ਅਸੀਂ ਲੋਕਾਂ ਦੇ ਘਰੇ ਰਾਤਾਂ ਕੱਟੀਆਂ, ਠੀਕ ਆ, ਕਿਉਂਕਿ ਫਿਰ ਉਦੋਂ ਉਹ ਚੀਜ਼ਾਂ ਮੈਂ ਦੇਖੀਆਂ, ਕਿਉਂਕਿ ਮੈਨੂੰ ਉਦੋਂ ਆਪਦਿਆਂ ਨੇ ਨੀ ਫੜਿਆ, ਮੈਨੂੰ ਲੋਕਾਂ ਨੇ ਹੀ ਸਾਂਭਿਆ, ਫਿਰ ਆਪਾਂ ਉਦਾਂ ਹੀ ਚੱਲੀਦਾ ਬਈ, ਬਾਕੀ ਆਪਾਂ ਪਿਆਰ ਕਰੀਦਾ ਸਾਰਿਆਂ ਨੂੰ, ਨਿਮ ਕੇ ਰਹੀਦਾ, ਪਰ ਦਾਤੇ ਦੀ ਇੰਨੀ ਮਿਹਰ ਰਹੀ ਆ ਬਈ, ਅੱਜ ਤੱਕ ਜਿੰਨਾ ਕੁਛ ਮੰਗਿਆ ਸਾਰਾ ਕੁਛ ਮਿਲਿਆ, ਆਪਦਾ ਲਿਆ ਆਪਾਂ, ਆਪਾਂ ਕਿਸੇ ਦਾ ਐ ਨੀ ਲਿਆ ਜਿਵੇਂ ਮੈਨੂੰ ਦਬਾਤਾ ਮੇਰਾ ਪਿਓ ਸੀਗਾ, ਅਸਾਨ ਨੀ ਰੱਖਿਆ ਬਈ, ਜਿੰਨਾ ਕੁਛ ਲਿਆ ਆਪਦਾ ਲਿਆ, ਠੀਕ ਹੈ। ਤੇ ਜੇ ਗੱਲ ਕਰਾਂ ਵੀਰੇ ਸਤਨਾਮ ਵੀਰ ਦੀ, ਹਨਾ, ਸਤਨਾਮ ਵੀਰ ਨਾਲ ਤੁਹਾਡਾ ਬਹੁਤ ਪਿਆਰ ਸੀ, ਹਾਂਜੀ ਵੀਰੇ, ਅਸਲ ਚ ਉਹ ਪਿਆਰ ਕਿੱਥੋਂ ਪਿਆ, ਸ਼ੁਰੂ ਤੋਂ ਜਾਣਦੇ ਸੀ ਜਾਂ ਕੋਈ ਐਕਚੁਅਲੀ ਮਿਲ ਗਏ ਕਿਤੇ? ਐਕਚੁਅਲੀ ਨੀ ਵੀਰੇ, ਅਸੀਂ ਨਾ ਜਦੋਂ ਇੰਸਟਾਗ੍ਰਾਮ ਚੱਲਿਆ ਸੀਗਾ, ਤੁਹਾਨੂੰ ਮੈਂ ਦੱਸੀ ਜਾਂਦਾ ਸੀਗਾ, ਇੰਸਟਾਗ੍ਰਾਮ ਤੇ ਅਸੀਂ ਲਾਈਵ ਲੂਵ ਹੋ ਜਾਂਦੇ ਸੀਗੇ ਜਿੱਦਾਂ ਆਮ, ਕਿਉਂਕਿ ਉਦੋਂ ਥੋੜਾ ਹੁੰਦਾ ਸੀਗਾ, ਸਤਨਾਮ ਵੀਰ ਸਾਨੂੰ ਦੇਖਦਾ ਹੁੰਦਾ ਸੀ ਅਸਲ ਚ ਇੰਸਟਾ ਤੇ, ਇਹਨੂੰ ਚੰਗੇ ਲੱਗਦੇ ਹੋਣੇ ਆ, ਕਿਉਂਕਿ ਅਸੀਂ ਹੱਸਦੇ ਰਹਿੰਦੇ ਸੀ ਇੱਥੇ ਸਾਰੀ ਦਿਹਾੜੀ, ਹੈ ਨਾ, ਤੇ ਇਹਨੇ ਬਈ ਇੱਕ ਦਿਨ ਅਸੀਂ ਜਿੱਦਾਂ ਲਾਈਵ ਤੇ ਬੈਠੇ ਸੀਗੇ, ਲਾਈਵ ਦੇ ਵਿੱਚ ਬੰਦੇ ਅਸੀਂ ਆਖਿਆ ਵੀ ਅੱਜ ਭਰਾਵਾਂ ਨੂੰ ਸਾਰਿਆਂ ਨੂੰ ਐਡ ਕਰਾਂਗੇ ਕਿ ਆਪਾਂ ਸਾਰਿਆਂ ਨਾਲ ਗੱਲ ਕਰਾਂਗੇ, ਜਿੰਨਿਆਂ ਨੂੰ ਕੋਲ ਨਾ ਹੱਥ ਹੋ ਗਈਆਂ, ਅਸੀਂ ਲਾਈਵ ਘੱਟੋ ਘੱਟ 2 ਘੰਟੇ ਰੱਖਿਆ ਬਈ, ਤੇ ਉਹਦੇ ਵਿੱਚ ਸਾਡੇ ਨਾਲ ਸਤਨਾਮ ਐਡ ਹੋ ਗਿਆ ਬਈ ਕਿਤੇ ਕਾਲ ਤੇ, ਤੇ ਮੈਂ ਜਦੋਂ ਬਈ ਬੈਠਾ ਤੇ ਮੈਂ ਸਤਨਾਮ ਨੂੰ ਦੇਖਿਆ ਨਾ, ਉਹ ਪੂਰਾ ਸਿਰ ਨਹੀਂ ਹੱਸੀ ਜਾਂਦਾ ਸੀ, ਮੈਂ ਆਖਿਆ ਮੈਂ ਕਿਹਾ ਬਈ ਤੂੰ ਸਰੀਰ ਬਾਈ ਤੇਰਾ ਐਡਾ ਵੱਡਾ, ਮੈਂ ਤੂੰ ਮਾੜਾ ਪਿੱਛੇ ਹੋ ਕੇ ਸਾਨੂੰ ਸਰੀਰ ਦਿਖਾ ਪਹਿਲਾਂ, ਤੂੰ ਹੈ ਕੌਣ? ਹਾਂ ਬਾਈ ਉਦੋਂ ਸੋਸ਼ਲ, ਹਾਂ ਸੋਸ਼ਲ ਮੀਡੀਆ ਤੇ ਬਾਈ ਥੋੜਾ ਘੱਟ ਹੁੰਦਾ ਸੀਗਾ, ਕਿਉਂਕਿ ਉਹਨੂੰ ਵੀਰੇ ਜਿੱਦਾਂ ਹਨਾ ਉਹ ਵੀ ਫੈਮਿਲੀ ਬਹੁਤ ਔਖੀ, ਆਪਦਾ ਬਹੁਤ ਗਰੀਬ ਫੈਮਿਲੀ ਚ ਉੱਠਿਆ, ਠੀਕ ਹੈ, ਕਿਉਂਕਿ ਕੋਈ ਐਡਾ ਸਾਹੂਕਾਰ ਨਹੀਂ ਸੀਗੇ ਹਨਾ, ਬਹੁਤ ਮੀਡੀਅਮ ਫੈਮਿਲੀ ਸੀਗੀ ਜੇ ਆਪਾਂ ਕਹਿੰਦੇ ਹਾਂ ਦਰਮਿਆਨੀ, ਤੇ ਸਾਡੇ ਨਾਲ ਐਡ ਹੋਇਆ ਬਾਈ, ਮੈਂ ਸਰੀਰ ਦੇਖਿਆ, ਮੈਂ ਕਿਹਾ ਯਾਰ ਬਾਈ ਭੈਣ ਚੋ ਮੈਂ ਹੈਲਥ ਪਹਿਲੀ ਵਾਰ ਐਡਾ ਵੱਡਾ ਦੇਖਿਆ ਸਿਸਟਮ ਵੀ ਐਡਾ ਸਰੀਰ ਹਨਾ ਬੰਦੇ ਦਾ, ਦੇਖ ਕੇ ਹੈਰਾਨ ਹੋ ਗਏ, ਤੇ ਉਦੋਂ ਬਾਅਦ ਵੀਰੇ ਅਸੀਂ ਉਹਦੇ ਨਾਲ ਜਿੱਦਾਂ ਪਰਸਨਲ ਮੈਸੇਜ ਕੀਤਾ ਉਹਨੂੰ, ਕਿਉਂਕਿ ਸਾਨੂੰ ਅਸੀਂ ਪਹਿਲੀ ਵਾਰ ਆਏ ਹੁੰਦਾ ਸੀ, ਉਦੋਂ ਟਾਵੇਂ ਟਾਵੇਂ ਮੁੰਡੇ ਯਾਰ ਜਿਮ ਜੁਮ ਜਾਂਦੇ ਹੁੰਦੇ ਸੀਗੇ ਹਨਾ, ਸਾਰੀ ਦੁਨੀਆ ਨੂੰ ਕਰੇਜ਼ ਨਹੀਂ ਸੀਗਾ, ਹੁਣ ਤਾਂ ਹਰੇਕ ਹੀ ਕਹਿ ਦਿੰਦਾ ਮੈਂ ਜਿਮ ਜਾਂਦਾ, ਤੇ ਉਦੋਂ ਭਾਈ ਇਹਨੂੰ ਦੇਖਿਆ ਤੇ ਅਸੀਂ ਐਡ ਹੋ ਗਏ ਭਾਈ, ਉਦੋਂ ਬਾਅਦ ਅਸੀਂ ਇਹਨੇ ਸਾਨੂੰ ਮੈਸੇਜ ਕੀਤੇ ਪਰਸਨਲ ਵੀ ਆਪਾਂ ਮਿਲਦੇ ਹਾਂ, ਠੀਕ ਹੈ, ਤੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਵੀ ਕਿੱਥੋਂ ਆ ਤੁਸੀਂ, ਇਹਨੇ ਫਿਰ ਸਾਨੂੰ ਪਿੰਡ ਦਾ ਦੱਸਿਆ ਨਾਮ, ਮੈਂ ਪਹਿਲੀ ਵਾਰ ਵੀ ਪਿੰਡਾਂ ਦਾ ਨਾਮ ਵੀ ਉਹਦਾ ਪਹਿਲੀ ਵਾਰ ਹੀ ਸੁਣਿਆ ਸੀ, ਭੱਲ ਮਾਜਰਾ, ਅੱਛਾ ਅੱਛਾ, ਮੈਂ ਕਿਹਾ ਭਾਈ ਇਹ ਕਿੱਥੇ ਹੈਗਾ, ਮੈਨੂੰ ਆਇਆ ਸੀ ਮੈਂ ਪਤਾ ਨੀ ਕਿੱਥੇ ਹੋਊਗਾ, ਤੇ ਫਿਰ ਇਹਨੇ ਦੱਸਿਆ ਕਹਿੰਦਾ ਨਾਭੇ ਕੋਲ ਆ,
ਤੇ ਫਿਰ ਬਈ ਸਾਨੂੰ ਘਰੋਂ ਗੱਡੀ ਨੀ ਸੀ ਦਿੰਦੇ ਹੁੰਦੇ, ਗੱਡੀ ਤਾਂ ਸੀਗੀ ਉਸ ਟਾਈਮ ਦੇ ਵਿੱਚ ਨਾ, ਘਰਦਿਆਂ ਦੇ ਕਹਿ ਦਿੰਦੇ ਚੰਡੀਗੜ੍ਹ ਜਾਣਾ, ਉਹ ਕਹਿੰਦੇ ਗੱਡੀ ਤੇ ਵੀ ਗੱਡੀ ਗੁੱਡੀ ਨੀ ਲੈਣੀ, ਬੱਸ ਚੜੋ ਇੱਥੇ। ਹਾਂ ਬੱਸਾਂ ਦੀ ਬਈ ਬਹੁਤ ਧੱਕੇ ਖਾਧੇ ਆ। ਤੇ ਚਲੋ ਭਾਈ ਕਰਦੇ ਕਰਾਉਂਦੇ, ਮੈਨੂੰ ਘਰਦਿਆਂ ਨੇ ਫਿਗੋ ਦਵਾਈ ਸੀਗੀ ਪਹਿਲੀ ਹਨਾ ਗੱਡੀ, ਮੇਰੇ ਰਿਸ਼ਤੇਦਾਰ ਸੀਗਾ ਮੇਰਾ ਮਾਮਾ ਹਨਾ, ਅਸੀਂ ਉਹਦੇ ਨਾਲ ਹੀ ਸਾਂਝੀ ਲਈ ਮੈਂ ਪਹਿਲੀ ਵਾਰ, ਕਿਉਂਕਿ ਮੈਨੂੰ ਏਡਾ ਹਿਸਾਬ ਨੀ ਸੀਗਾ ਕਾਰਾਂ ਕੂਰਾਂ ਦਾ। ਤੇ ਚਲੋ ਭਾਈ ਅਸੀਂ ਉਹਨੂੰ ਲੈ ਕੇ ਉੱਥੇ ਚਲੇ ਗਏ ਮਿਲਣ, ਮੇਰੇ ਨਾਲ ਮੁੰਡਾ ਸੀਗਾ ਗਿੱਲ, ਮੇਰੇ ਨਾਲ ਬਈ ਬਹੁਤ ਟਾਈਮ ਰਿਹਾ ਹਨਾ, ਹੋਰ ਵੀ ਬਹੁਤ ਮੁੰਡੇ ਰਹੇ ਆ ਪਰ ਵਫਾਦਾਰ ਨੀ ਨਿਕਲਿਆ ਕੋਈ। ਅੱਛਾ ਸਾਰੇ ਹਨਾ ਮਤਲਬ ਦੇ ਯਾਰ ਹੁੰਦੇ ਅੱਜ ਕੱਲ ਦੁਨੀਆ ਤੇ, ਤੁਹਾਨੂੰ ਪਤਾ ਹੀ। ਤੇ ਚਲੋ ਭਾਈ ਸਾਡੀ ਮੇਲ ਮਿਲਾਪ ਹੋਇਆ ਸੀ ਸਤਨਾਮ ਕੋਲੇ, ਗਏ ਬਈ ਪਾਸੋਂ, ਇਹਨੇ ਸਾਨੂੰ ਘਰੇ ਨੀ ਲੈ ਕੇ ਗਿਆ ਪਹਿਲੀ ਵਾਰ। ਅੱਛਾ ਇਹਨੇ ਆਖਿਆ ਵੀ ਆਪਾਂ ਵੀ ਬੰਦੇ ਆ ਰਹੇ ਆ, ਕਿਉਂਕਿ ਇਹਨੇ ਇੱਧਰ ਇਹਨੂੰ ਆਏ ਸੀਗਾ ਵਧੀਆ ਸਿਸਟਮ ਸੀਗਾ ਨਾ ਵੀ ਘਰ ਵੀ ਮੇਰੇ ਘਰੇ ਆਉਣਗੇ ਤਾਂ ਮੈਨੂੰ ਐਂ ਲੱਗੂਗਾ ਹਨਾ ਵੀ ਇਹ ਕਿੱਥੇ ਵਾੜ ਲੇ, ਇਹਨੇ ਵੀ ਸਾਨੂੰ ਬਾਹਰ ਸ਼ੋਪ ਤੇ ਕਿਸੇ ਤੇ ਬਿਠਾ ਲਿਆ। ਚਲੋ ਅਸੀਂ ਗਏ ਭਾਈ ਉੱਥੇ, ਇਹਨੇ ਸਾਡੀ ਪੂਰੀ ਸੇਵਾ ਸੂਵਾ ਕੀਤੀ ਬਈ, ਦਾਰੂ ਦੂਰੂ ਪੀ ਲੈਂਦੇ ਸੀ, ਸਾਨੂੰ ਬੋਤਲ ਬਾਤਲ ਲਿਆ ਕੇ ਦਿੱਤੀ ਹਨਾ, ਖਾਧਾ ਪੀਤਾ ਉੱਥੇ ਬਹਿ ਕੇ। ਉਹਦੋਂ ਬਾਅਦ ਅਸੀਂ ਇਹਦੀ ਵੀਡੀਓ ਪਹਿਲੀ ਵਾਰ ਅਸੀਂ ਇੱਕ ਕਲਿੱਪ ਬਣਾਈ ਸੀ, ਜਿੱਦਾਂ ਉਹ ਬਹੁਤ ਜ਼ਿਆਦਾ ਚੱਲ ਗਈ ਬਈ ਫੇਸਬੁੱਕ ਤੇ। ਅੱਛਾ ਇਹਦੇ ਨਾਲ ਠੀਕ ਹੈ ਹਨਾ, ਕੋਈ ਮਾੜਾ ਜਿਹਾ ਕੀਤਾ ਸੀਗਾ ਐਂ ਵੀ ਬਈ ਕੁੱਟਣ ਜਾਂਦੇ ਹਾਂ ਮੂਹਰੇ ਸਤਨਾਮ ਨੂੰ ਬਿਠਾ ਕੇ ਹਨਾ। ਚਲੋ ਬਈ ਉੱਥੋਂ ਸਾਡੀ ਲਿਹਾਜ ਪੈ ਗਈ ਸਾਨੂੰ ਪਤਾ ਲੱਗ, ਹੌਲੀ ਹੌਲੀ ਜਿੱਦਾਂ ਐਂ ਲੱਗਿਆ ਵੀ ਬੰਦਾ ਯਾਰ ਨਰਮ ਬਹੁਤ ਹਨਾ, ਸਾਰੇ ਰਾਹ ਅਸੀਂ ਗੱਲਾਂ ਹੀ ਕਰਦੇ ਗਏ ਦੇ, ਸਾਡੀ ਸੇਵਾ ਪਾਣੀ ਬਈ ਪੂਰੀ ਕੀਤੀ ਇਹਨੇ ਉੱਥੇ। ਉਦੋਂ ਬਾਅਦ ਵੀਰੇ ਐਂ ਮਿਲਦੇ ਮਿਲਦੇ ਬਸ ਫਿਰ ਪਿਆਰ ਬਣ ਗਿਆ ਕੁਛ ਚੀਜ਼ਾਂ, ਜਿੱਦਾਂ ਆਪਾਂ ਕਹਿ ਦਿੰਦੇ ਹਾਂ ਵੀ ਮੇਰੇ ਡੈਡੀ ਤੋਂ ਬਾਅਦ ਹਨਾ, ਮੈਨੂੰ ਉਹਨੇ ਵਧੀਆ ਗਾਈਡ ਕੀਤਾ ਹੁਣ ਤੱਕ ਜਿੰਨੀਆਂ ਮੈਨੂੰ ਚੀਜ਼ਾਂ ਦੀ ਲੋੜ ਪੈਂਦੀ ਸੀ, ਜਿਹੜਾ ਕੁਛ ਪੁੱਛਣਾ ਸੀਗਾ। ਪਰ ਬਈ ਉਈ ਜ਼ਿੰਦਗੀ ਬਹੁਤ ਕੁਛ ਸਿਖਾ ਦਿੰਦੀ ਹੈ ਨਾ, ਜਦੋਂ ਤੁਹਾਡੇ ਪਿੱਛੇ ਨਾ ਹੋਵੇ ਮਾਂ ਪਿਓ ਕੋਈ ਹਨਾ, ਜ਼ਿੰਦਗੀ ਉਦਾਂ ਹੀ ਬਹੁਤ ਕੁਛ ਸਿਖਾ ਜਾਂਦੀ ਹੈ ਦੁਨੀਆ। ਬਾਕੀ ਹੁਣ ਕਲਯੁੱਗ ਚੱਲ ਪਿਆ ਬਈ, ਹੁਣ ਚੱਲ ਪਿਆ, ਤੇ ਇੱਥੋਂ ਸਾਡੀ ਲਿਹਾਜ ਪਈ ਬਸ। ਉਦੋਂ ਬਾਅਦ ਵੀਰੇ ਸਤਨਾਮ ਦੇ ਨਾਲ ਮੇਲ ਮਿਲਾਪ ਹੋ ਗਏ, ਵਧੀਆ ਅਸੀਂ ਆਉਣ ਜਾਣ ਲੱਗ ਗਏ ਉਹਦੇ ਕੋਲੇ। ਠੀਕ ਹੈ। ਤੇ ਇੱਕ ਸੋਸ਼ਲ ਮੀਡੀਆ ਤੇ ਜਿਵੇਂ ਹੁਣ ਕਾਫੀ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਹਨਾ, ਤੁਸੀਂ ਜਿਹੜਾ ਹੁਣ ਸੋਸ਼ਲ ਮੀਡੀਆ ਤੇ ਬੰਦਾ ਉਹਦਾ ਚਰਚਾ ਹੋਣਾ ਵੀ ਲਾਜ਼ਮੀ ਆ। ਹਾਂਜੀ ਵੀਰੇ। ਤੇ ਤੁਹਾਡੀ ਢਿੱਲੋਂ ਪ੍ਰੀਤ ਨਾਲ ਮਤਲਬ ਕੀ ਕੋਈ ਅਣਬਣ ਚੱਲ ਰਹੀ ਹੈ? ਨਾ ਵੀਰੇ, ਆਪਣੀ ਕੋਈ ਅਣਬਣ ਨੀ ਹੋਈ ਕਿਸੇ ਨਾਲ, ਨਾ ਹੀ ਆਪਣਾ ਅੱਜ ਤੱਕ ਕਿਸੇ ਯਾਰ ਨੂੰ, ਯਾਰ ਮੈਂ ਆਪ ਨੀ ਛੱਡਿਆ ਬਾਈ ਅੱਜ ਤੱਕ। ਅੱਛਾ ਹਨਾ, ਕੋਈ ਆਪ ਦੂਰ ਹੁੰਦਾ ਹੋਈ ਜਾਵੇ ਉਹ ਚੀਜ਼ਾਂ ਦਾ ਆਪਾਂ ਨੂੰ ਪਤਾ ਨਹੀਂ ਹੈ ਨਾ, ਹਰੇਕ ਦੀ ਜ਼ਿੰਦਗੀ ਆ, ਕਿਸੇ ਨੇ ਕਿਵੇਂ ਸੋਚਦਾ, ਕਿਸੇ ਕੋਈ ਕਿਵੇਂ ਸੋਚਦਾ। ਬਾਕੀ ਮੈਂ ਵੀਰੇ ਆਪਦੀ ਫੈਮਿਲੀ ਤੋਂ ਹੀ ਬਹੁਤ ਸਿੱਖ ਲਿਆ ਕੁਛ ਨਾ, ਮੈਨੂੰ ਸਮਝ ਆਉਣ ਲੱਗ ਗਈ, ਮੈਂ ਬੰਦਾ ਅੱਖਾਂ ਤੋਂ ਪੜ੍ਹ ਲਈਦਾ। ਆਪਣਾ ਵੀਰੇ ਉਹਦੇ ਨਾਲ ਕੋਈ ਰੌਲਾ ਰੂਲਾ ਨਹੀਂ ਪਿਆ, ਤੇ ਵਧੀਆ ਬਸ ਚੱਲੀ ਜਾਂਦਾ, ਉਹ ਹੁਣ ਆਪਦੇ ਕੰਮਾਂ 'ਚ ਬੀਜੀ, ਆਪਾਂ ਆਪਦੇ ਕੰਮਾਂ 'ਚ ਬੀਜੀ ਹਾਂ ਬਈ। ਬਾਕੀ ਪਹਿਲਾਂ ਦੌਰ, ਹੁਣ ਦੌਰ ਦੇ ਹਿਸਾਬ ਨਾਲ ਬਈ ਸਾਰਾ ਕੁਛ ਹੀ ਚੇਂਜ ਹੋ ਜਾਂਦਾ ਹਨਾ। ਬਸ ਬੰਦੇ ਜਦੋਂ ਕੁਛ ਜਾਂ ਪੈਸਾ ਲਾ ਲਓ ਜਾਂ ਕੁਛ ਲਾ ਲਓ, ਫਿਰ ਜਦੋਂ ਆ ਜਾਂਦਾ ਜ਼ਿੰਦਗੀ 'ਚ, ਫਿਰ ਉਹ ਆਪਦੇ ਜੋਗੇ ਕਰ ਲੈਂਦਾ, ਫਿਰ ਉਹ ਯਾਰਾਂ ਜੋਗਾ ਨਹੀਂ ਰੱਖਦਾ ਬੰਦੇ ਨੂੰ। ਅੱਛਾ। ਤੇ ਜੇ ਯਾਰੀ 'ਚ ਆਪਾਂ ਯਾਰੀਆਂ ਦੀ ਗੱਲ ਕਰੀਏ ਹਨਾ, ਜ਼ਿੰਦਗੀ ਦੇ ਵਿੱਚ ਯਾਰੀਆਂ ਦੀ, ਤਾਂ ਯਾਰੀ ਅੱਜ ਕੱਲ ਦੀ ਯਾਰੀ ਤੇ ਪਹਿਲਾਂ ਦੀ ਯਾਰੀ 'ਚ ਕੀ ਫਰਕ ਆ? ਅਸਲ 'ਚ ਵੀਰੇ ਪਹਿਲਾਂ ਨਾ ਦੌਰ ਬਹੁਤ ਘੈਂਟ ਹੁੰਦਾ ਸੀਗਾ, ਪਹਿਲਾਂ ਅਸੀਂ ਜਿਵੇਂ ਨਿਆਣੇ ਹੁੰਦੇ ਸੀ ਖੇਡਦੇ ਹੁੰਦੇ ਸੀ ਹਨਾ, ਜੇ ਸਾਨੂੰ ਕਿਸੇ ਨੇ ਦੇਖ ਲੈਣਾ ਵੀ ਅਸੀਂ ਕਿਸੇ ਪਾਸੇ ਜਾਂ ਨਹਿਰ ਤੇ ਨਹਾਉਣ ਜਾ ਵੜਨਾ ਸੂਏ ਤੇ, ਜਾਂ ਜਿਹਦਾ ਪਿਓ ਸਾਨੂੰ ਟੱਕਰ ਗਿਆ ਉਹਨੇ ਸਾਨੂੰ ਸਾਰਿਆਂ ਨੂੰ ਕੁੱਟਣਾ। ਅੱਛਾ। ਵੀ ਜਿਹੜੇ ਜਿਹੜੇ ਹੈਗੇ ਘਰਾਂ ਦੇ ਵੀ ਸਾਰੇ ਇੱਥੇ ਹਨਾ, ਉਹ ਯਾਰੀਆਂ ਯਾਰ ਹੋਰ ਹੁੰਦੀਆਂ ਸੀਗੀਆਂ ਬਾਬੇ। ਬਹੁਤ ਬਹੁਤ ਫਰਕ ਪੈ ਗਿਆ ਹੁਣ ਇਹੋ ਜਿਹਾ ਸਿਸਟਮ, ਹੁਣ ਤਾਂ ਯਾਰ ਅਸਲ ਦੇ ਵਿੱਚ ਲੋਕ ਤੁਹਾਨੂੰ ਤਾਂ ਬੁਲਾਉਣਗੇ ਜੇ ਤੁਹਾਡੇ ਵਿੱਚ ਕੁਛ ਹੈਗਾ, ਜੇ ਤੂੰ ਕੁਛ ਨਹੀਂ ਕਰ ਰਿਹਾ ਬਸ ਤੇਰਾ ਕੋਈ ਉਹ ਨਹੀਂ। ਤੇ ਬਾਕੀ ਅੱਜ ਕੱਲ੍ਹ ਫੇਕ ਜ਼ਿੰਦਗੀਆਂ ਬਹੁਤ ਚੱਲਦੀਆਂ ਬਾਈ, ਪਿਛਲੀਆਂ ਜ਼ਿੰਦਗੀ ਬੰਦੇ ਦੀ ਕੁਛ ਹੋਰ ਹੁੰਦੀ ਆ, ਦਿਖਾਉਂਦੇ ਕੁਛ ਹੋਰ ਆ, ਫੇਕ ਜ਼ਿੰਦਗੀ ਹਨਾ। ਸੋਸ਼ਲ ਮੀਡੀਆ ਤੇ ਕਾਫੀ ਚੀਜ਼ਾਂ ਫੇਕ ਦਿਖਾਈਆਂ ਜਾਂਦੀਆਂ। ਸੋਸ਼ਲ ਮੀਡੀਆ ਵੀ ਚੀਜ਼ ਇਹ ਜੇ, ਪਰ ਆਪਾਂ ਅੱਜ ਤੱਕ ਕੋਈ ਫੇਕ ਫੂਕ ਨਹੀਂ ਚੱਲਿਆ ਕੁਛ ਵੀ ਹਨਾ, ਜਿੰਨਾ ਕੁਛ ਵੀ ਕੀਤਾ ਆਪਦੇ ਸਾਹਮਣੇ ਆ ਸਾਰੇ ਲੋਕਾਂ ਨੇ, ਮੇਰਾ ਉਦਾਂ ਹੀ ਸੁਭਾਅ, ਜਿਹੜੇ ਮੈਨੂੰ ਲੋਕ ਮਿਲ ਕੇ ਗਏ ਆ ਯਾਰ ਸਾਰਿਆਂ ਨੂੰ ਪਤਾ, ਜਿੰਨੇ ਵੀ ਮੈਨੂੰ ਮਿਲਦੇ ਆ ਹਨਾ ਸੁਭਾਅ ਚ ਪਤਾ ਹੀ ਲੱਗਿਆ। ਹਾਂ
ਆਪਾਂ ਨਾਲ ਥੋੜਾ ਜਿਹਾ ਹੋਰ ਸਿਸਟਮ ਕਿ ਆਪਾਂ ਸੋਸ਼ਲ ਮੀਡੀਆ ਕਰਕੇ ਨਹੀਂ ਆਏ ਸੀਗੇ ਦੁਨੀਆਂ ਤੇ, ਆਪਾਂ ਨੂੰ ਤਾਂ ਸਿਰਫ ਇਹ ਹੁੰਦਾ ਕਿ ਆਪਣਾ ਇਹ ਯਾਰ ਆ, ਹੁਣ ਬਸ ਵੀਰੇ ਇੱਧਰ ਆਪਦਾ ਬਾਹਰ ਗਿਆ ਵਾ ਸੀਗਾ ਹੁਣ ਆਏ ਆ, ਫਿਰ ਸੋਸ਼ਲ ਮੀਡੀਆ ਤੇ ਹੁਣ ਕਿਸੇ ਕੋਲ ਜਾਈਦਾ ਨੀ ਘਰੇ ਆਪਦਾ, ਹਨਾ ਮਾਤਾ ਨੂੰ ਵੀ ਦੇਖਣਾ ਠੀਕ ਹੈ, ਸਾਰਿਆਂ ਦਾ ਬਹੁਤ ਕਰਕੇ ਦੇਖਿਆ ਵੀਰੇ, ਮੇਰੇ ਨਾਲ ਬੰਦੇ ਰਹੇ ਆ 14-14 ਸਾਲ, ਉਹ ਵੀ ਉਹਨਾਂ ਨੇ ਵੀ ਐਂਡ ਤੇ ਜਾ ਕੇ ਆਪਦਾ ਦੱਸਤਾ ਵੀ ਅਸੀਂ ਆ ਗਏ, ਕਿਉਂਕਿ ਬਾਈ ਜੈਲਸੀ ਫੈਕਟਰ ਬਹੁਤ ਅੱਜ ਕੱਲ ਦੁਨੀਆਂ ਦੇ ਵਿੱਚ। ਤੇ ਹੁਣ ਫਿਰ ਕਿੰਨੇ ਕੁ ਯਾਰ ਨੇ? ਕੋਈ ਨੀ ਵੀਰੇ, ਆਪਾਂ ਇਕੱਲੇ ਰਹੀਦਾ, ਮੈਂ ਕੋਈ ਯਾਰ ਨੀ ਰੱਖਿਆ, ਬਸ ਮੇਰੇ ਉਹ ਯਾਰ ਆ ਜਿਹੜੇ ਮੇਰੇ ਨਾਲ ਘਰ ਆਉਂਦੇ ਆ, ਮੇਰੇ ਨਾਲ ਪਲੇ ਆ ਬਾਈ, ਉਹਨਾਂ ਨਿਆਣੇ ਬਚਪਨ ਵਾਲੇ, ਬਸ ਉਹ ਰੱਖੇ ਆ। ਬਾਹਰਲੇ ਪਾਸੇ ਬਹੁਤ ਯਾਰੀਆਂ ਨਿਭਾ ਕੇ ਦੇਖ ਲਈਆਂ ਬਾਈ, ਆਪਾਂ ਨੂੰ ਤਾਂ ਰਾਸ ਆਈਆਂ ਨੀ, ਹਨਾ ਕੋਈ ਕਹਿੰਦਾ ਸਾਡੀ ਇੰਨੇ ਸਾਲ ਯਾਰੀ ਪੁਰਾਣੀ। ਹਾਂ ਬਾਈ ਸਤਨਾਮ ਨਾਲ ਆਪਾਂ ਇਕੱਲਾ ਜਿੱਦਾਂ ਹਨਾ ਬੰਦੇ ਦੇ ਅਸਲ ਦੇ ਵਿੱਚ ਤੁਸੀਂ ਯਾਰ ਉਹ ਹੁੰਦਾ ਕਿ ਜਦੋਂ ਤੁਹਾਡਾ ਯਾਰ ਚਲਿਆ ਗਿਆ ਦੁਨੀਆ ਤੋਂ, ਦੁਨੀਆ ਤੋਂ ਹਨਾ, ਫੇਰ ਵੀ ਤੁਸੀਂ ਉਹਦੇ ਨਾਲ ਖੜਦੇ ਹੋ, ਉਹਨਾਂ ਦੇ ਫੈਮਿਲੀ ਦੇ ਨਾਲ ਖੜਦੇ ਹੋ, ਉਹ ਯਾਰੀ ਹੁੰਦੀ ਹੈ। ਇਹ ਨੀ ਹੁੰਦਾ ਕਿ ਜੇ ਕੋਈ ਬੰਦਾ ਚਲਿਆ ਗਿਆ ਉਹਦੇ ਨਾਲ ਯਾਰੀ ਸੀ ਤਾਂ ਫਿਰ ਮੁੜ ਕੇ ਉਹਨਾਂ ਦੇ ਘਰ ਦਾ ਵੀ ਨੀ ਪਤਾ ਲੈਣਾ, ਹਨਾ। ਅਸਲ ਚ ਯਾਰੀ ਤਾਂ ਬਈ ਉਹੀ ਹੈ ਜੇ ਤੁਹਾਡਾ ਯਾਰ ਇਸ ਦੁਨੀਆ ਤੇ ਹੈ ਨੀ ਗਾ, ਤੁਸੀਂ ਉਹਦੀ ਫੈਮਿਲੀ ਨਾਲ ਵਰਤ ਰਹੇ ਹੋ ਬਈ, ਜੇ ਉਹਦੇ ਨਾਮ ਨੂੰ ਲੈ ਕੇ ਜਾਂ ਉਹਦੀ ਸ਼ੋਹਰਤ ਨੂੰ ਲੈ ਕੇ ਵਰਤ ਰਹੇ ਹੋ, ਕਿਉਂਕਿ ਵੀਰੇ ਅੱਜ ਕੱਲ ਤੁਸੀਂ ਜਦੋਂ ਤੁਹਾਡੀ ਯਾਰੀ ਹੁੰਦੀ ਉਦੋਂ ਤੁਸੀਂ ਉਹ ਬੰਦੇ ਦੇ ਘਰੇ ਖਾਂਦੇ ਪੀਂਦੇ ਵੀ ਬਹਿੰਦੇ ਵੀ ਹੋ, ਸਾਰਾ ਕੁਝ ਉਹੀ ਫੈਮਿਲੀ ਆ, ਫਿਰ ਬਾਅਦ ਚ ਕੋਈ ਚੇਂਜ ਥੋੜੀ ਹੋ ਜਾਂਦਾ। ਜੇ ਆਪਾਂ ਕਹੀਏ ਕਿ ਵੀ ਹੁਣ ਵਰਤਦਾ ਨੀ ਅਗਲਾ, ਕਹਿੰਦਾ ਫਿਰ ਵੀ ਪਹਿਲਾਂ ਵੀ ਤਾਂ ਤੂੰ ਉਹੀ ਫੈਮਿਲੀ ਨਾਲ ਵਰਤਦਾ ਸੀ, ਅਗਲੇ ਦੇ ਘਰੇ ਤਾਂ ਜਾਂਦਾ ਹੀ ਆ ਨਾ, ਆਪਾਂ ਯਾਰ ਬੜਾ ਆਖਦੇ ਜਦੋਂ ਕਿਸੇ ਨਾਲ, ਹਾਲ ਤਾਂ ਪੁੱਛਦੀ ਆ ਉਹਦੀ ਮਾਂ। ਅਸਲ ਦੇ ਵਿੱਚ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਵੀ ਜੇ ਤੁਸੀਂ ਕਿਸੇ ਨਾਲ ਵੀ ਯਾਰੀ ਲਾਈ ਆ, ਹਨਾ, ਕਿਉਂਕਿ ਮਾਂ ਚੀਜ਼ ਹੀ ਇਹੋ ਜਿਹੀ ਆ ਬਈ। ਹੁਣ ਆਪਾਂ ਉਹਦੀ ਮਾਂ ਦੇ ਹੱਥੋਂ ਰੋਟੀਆਂ ਖਾਧੀਆਂ ਸਤਨਾਮ ਦੇ, ਹਨਾ, ਮੈਂ ਬਹਿ ਕੇ ਤੇ ਮੈਂ ਕਿਵੇਂ ਛੱਡਦੇ ਹਾਂ ਬਈ ਉਹ ਚੀਜ਼ ਤੋਂ। ਆਪਾਂ ਕਦੇ ਆਪਾਂ ਯਾਰ ਯਾਰੀ ਉਹ ਚੀਜ਼ ਲਾਈ ਵੀ ਨੀ, ਅਸਲ ਦੇ ਵਿੱਚ ਯਾਰ ਦਾ ਪਤਾ ਹੀ ਉਦੋਂ ਲੱਗਦਾ ਹੁੰਦਾ ਜਦੋਂ ਯਾਰ ਚਲਿਆ ਗਿਆ ਨਾ, ਉਦੋਂ ਬਾਅਦ ਚ ਪਤਾ ਲੱਗਦਾ ਵੀ ਤੁਸੀਂ ਉਹਦੇ ਨਾਲ ਖੜਦੇ ਹੋ ਕਿ ਨਹੀਂ ਖੜਦੇ। ਹੁਣ ਅੱਜ ਕੱਲ ਦੀ ਯਾਰੀ ਜੇ ਆਪਾਂ ਹਿਸਾਬ ਕਿਤਾਬ ਲਾਈਏ ਤਾਂ ਅਗਲਾ ਐ ਆ ਵੀ ਬਸ ਸੋਸ਼ਲ ਮੀਡੀਆ ਤੇ ਪੋਸਟ ਪਾ ਦੇਣੀ। ਹਾਂ ਬਈ, ਸੋਸ਼ਲ ਮੀਡੀਆ ਦੀਆਂ ਯਾਰੀਆਂ ਵਾਲੀਆਂ ਰਹੀਆਂ ਹੁਣ, ਹਨਾ, ਵੀ ਆਪਾਂ ਉੱਥੇ ਪੋਸਟ ਪਾਉਣੀ ਆ, ਉੱਥੇ ਐ ਵੀ ਅਗਲਾ ਕਹੂਗਾ ਵੀ ਹਾਂ ਫਲਾਨਾ, ਹਨਾ, ਉਹ ਚੀਜ਼ਾਂ ਦੇ ਵਿੱਚ ਲੋਕ ਤੁਰੇ ਫਿਰਦੇ ਆ ਬਈ। ਮੈਂ ਬਹੁਤ ਲੋਕਾਂ ਨਾਲ ਰਿਹਾ ਬਈ, ਮੈਂ ਅੱਜ ਤੱਕ ਯੂਟਿਊਬ ਚੈਨਲ ਵੀ ਇੱਕ ਵਾਰ ਅਸੀਂ ਉਹ ਪਹਿਲਾਂ ਬਣਾਇਆ ਸੀਗਾ, ਉਹ ਮੁੜ ਕੇ ਚਲੋ ਕਰਦੇ ਕਰਾਉਂਦੇ ਅਸੀਂ ਉਹ ਬੰਦ ਕਰਤਾ ਉਹ ਪੇਜ ਹੀ, ਹਨਾ। ਉਦੋਂ ਬਾਅਦ ਮੈਂ ਸੋਸ਼ਲ ਮੀਡੀਆ ਵੀਰੇ ਆਪਾਂ ਜਿੱਦਾਂ ਚਲਾਉਂਦੇ ਹਾਂ ਹੁਣ, ਬਸ ਆਪਦੇ ਜੋਗਾ, ਬਸ ਕਿਸੇ ਦੇ ਹੁਣ ਬਲੌਗ ਬਲੂ ਪਾਉਣ ਲੱਗੇ ਆ, ਕਿਉਂਕਿ ਜੇ ਮੈਂ ਇਹ ਚੀਜ਼ਾਂ ਚ ਫੇਮ ਖੱਟਣਾ ਹੁੰਦਾ ਵੀਰੇ ਮੈਂ ਬਹੁਤ ਟਾਈਮ ਪਹਿਲਾਂ ਖੱਟ ਲੈਣਾ ਸੀਗਾ, ਹਨਾ, ਕਿਉਂਕਿ ਉਸ ਟਾਈਮ ਦੇ ਵਿੱਚ ਮੈਨੂੰ ਲੋਕ ਮੈਨੂੰ ਇਹੋ ਜਿਹੇ ਬੰਦੇ ਸੀ, ਚਲੋ ਨਾਂ ਤਾਂ ਨਹੀਂ ਲੈਣਾ, ਐਂ ਕਹਿੰਦੇ ਹੁੰਦੇ ਸੀ, ਕਹਿੰਦੇ ਯਾਰ ਸਾਡੀ ਆਵਾਜ਼ ਲੱਗਦਾ ਸਾਨੂੰ ਐਂ ਲੱਗਦਾ ਵੀ ਸਾਡੀ ਆਵਾਜ਼ ਕਿਵੇਂ ਆਉਂਦੀ ਹੈ ਜਦੋਂ ਵੀ ਬੋਲਦੇ ਹਾਂ ਵੀ ਜਨਾਨੀ, ਹਾਂ ਵੀ ਜਨਾਨੀਆਂ ਵਾਂਗੂ ਆਉਂਦੀ ਆ, ਤੇ ਉਦੋਂ ਉਹ ਹੁਣ ਕਹਿੰਦੇ ਵੀ ਅਸੀਂ ਵੀ ਸਾਰਾ ਕੁਛ ਹਾਂ ਬਈ ਸੋਸ਼ਲ ਮੀਡੀਆ ਤੇ ਸਾਰਾ ਕੁਛ ਚੱਲੀ ਜਾਂਦਾ, ਲੇਕਿਨ ਯਾਰ ਫੇਮਸ ਆਪਾਂ ਇਹ ਚੀਜ਼ਾਂ ਚ ਬਣਨਾ ਨਹੀਂ, ਬਸ ਅਸੀਂ ਇੰਸਟਾਗ੍ਰਾਮ ਇਨਫਲੂਐਂਸਰ, ਹਾਂ, ਜਿਹੜਾ ਕੁਛ ਮਰਜ਼ੀ ਲਾ ਲਓ, ਪਰ ਆਪਾਂ ਅੱਜ ਤੱਕ ਬਈ ਮੈਂ ਤਾਂ ਯੂਟਿਊਬ ਚੈਨਲ ਵੀ ਹੁਣ ਬਣਾਇਆ, ਜੇ ਮੈਂ ਇਹ ਚੀਜ਼ਾਂ ਦਾ ਲਾਲਚ ਹੁੰਦਾ ਨਾ ਤਾਂ ਮੈਂ ਬਹੁਤ ਟਾਈਮ ਪਹਿਲਾਂ ਇਹ ਚੀਜ਼ਾਂ ਚ ਬੜਨਾ ਸੀਗਾ, ਕਿਉਂਕਿ ਆਪਾਂ ਕਿਸੇ ਨੇ ਅੱਜ ਤੱਕ ਪੈਸੇ ਦੀ ਯਾਰੀ ਨਹੀਂ ਲਾਈ। ਅਸਲ ਚ ਕਹਿੰਦੇ ਇੱਕ ਹੋਰ ਚੀਜ਼ ਮੈਂ ਤੈਨੂੰ ਬਈ ਦੱਸਦਾ ਜ਼ਰੂਰ, ਤੂੰ ਕਹਿੰਦਾ ਸੀਗਾ ਯਾਰੀ ਯਾਰੀ ਦਾ, ਅਸਲ ਦੇ ਵਿੱਚ ਯਾਰੀ ਦਾ ਨਾ ਜੇ ਤੁਸੀਂ ਯਾਰੀ ਦੇਖਣਾ ਤੁਸੀਂ ਉਹਨੂੰ 30-40 ਹਜ਼ਾਰ 50 ਹਜ਼ਾਰ ਰੁਪਇਆ ਦੇ ਦੋ, ਤੁਹਾਡੀ ਯਾਰੀ ਆਪੇ ਪਤਾ ਲੱਗ ਜੂ ਬਈ। ਅੱਜ ਕੱਲ ਹਨਾ ਇਹ ਸਿਸਟਮ ਰਹਿ ਗਿਆ, ਕੋਈ ਨੀ ਕਿਸੇ ਦਾ ਵੀਰੇ ਕਰਦਾ, ਹਰੇਕ ਮਤਲਬ ਨੂੰ ਰੱਖਦਾ, ਜੇ ਤੁਹਾਡੇ ਨਾਲ ਕੁਛ ਉਹਨੂੰ ਚੰਗਾ ਲੱਗਦਾ, ਜਿੰਨਾ ਟਾਈਮ ਤੁਹਾਡਾ ਨੌਂ ਆ ਤਾਂ ਉਹ ਤੁਹਾਨੂੰ ਨਾਲ ਵੀ ਰੱਖੂ ਜਿੰਨਾ ਚਿਰ ਕੰਮ ਆ ਰਿਹਾ ਤੁਸੀਂ। ਹਾਂ, ਹੁਣ ਅੱਜ ਕੱਲ ਲੋਕ ਇਹ ਚੀਜ਼ ਭਾਲਦੇ ਯਾਰ ਵੀ ਹਨਾ, ਲੋਕਾਂ ਨੂੰ ਦਿਮਾਗ ਖਰਾਬ ਕਰਤਾ ਅਸਲ ਦੇ ਵਿੱਚ ਬਈ, ਦੁਨੀਆ ਦਾ ਦਿਮਾਗ ਖਰਾਬ ਹੋ ਗਿਆ ਅੱਜ ਤੋਂ ਹਨਾ। ਜਦੋਂ ਮੈਂ ਤੁਹਾਨੂੰ ਦੱਸਦਾ ਤੁਸੀਂ ਕਹਿੰਦੇ ਫਰਕ ਕੀ ਆ ਹੁਣ ਤੇ ਪਹਿਲਾਂ ਦੇ ਵਿੱਚ, ਹਨਾ, ਪਹਿਲਾਂ ਵੀਰੇ ਆਪਣੇ ਮਾਂ ਪਿਓਆਂ ਨੇ ਸਾਈਕਲਾਂ ਤੇ ਸਕੂਟਰਾਂ ਤੇ ਜ਼ਿੰਦਗੀ ਕੱਢਤੀ, ਹਨਾ, ਸਕੂਟਰ ਹੁੰਦਾ ਸੀਗਾ ਘਰੇ ਤਾਂ ਵੀ ਬਹੁਤ ਐਂ ਹੁੰਦਾ ਸੀ ਵੀ ਸਾਡੇ ਘਰੇ ਤਾਂ ਯਾਰ ਸਕੂਟਰ ਤੇ ਮੋਟਰਸਾਈਕਲ ਆ ਜਾਂ ਫਲਾਨਾ, ਹਨਾ। ਤੇ ਹੁਣ ਆਪਾਂ ਜਿਹੜੇ ਦੌਰ ਚ ਆ ਗਏ ਵੀਰੇ, ਬਹੁਤ ਹਾਈ ਹੋ ਗਿਆ ਇੱਕੇ ਲੱਗ, ਹਨਾ, ਦੁਨੀਆ ਤੇ ਆ ਗਈਆਂ ਗੱਡੀਆਂ ਆ ਗਈਆਂ, ਪਹਿਲਾਂ ਤਾਂ ਗੱਡੀਆਂ ਨੇ ਤੇ ਆ ਸੰਦਾਂ ਨੇ ਬਹੁਤ ਦਿਮਾਗ ਖਰਾਬ ਕਰਤਾ ਲੋਕਾਂ ਦਾ, ਸਹੀ ਗੱਲ, ਹਨਾ, ਹਰੇਕ ਆਪਦੀ ਧੌਂਸ ਚ ਹੋ ਗਿਆ।
ਚਾਹੇ ਔਖਾ ਹੋਵੇ ਚਾਹੇ ਸੌਖਾ, ਕਹਿ ਜਾਂਦੇ ਲੈਣਾ ਟਰੈਕਟਰ ਵੱਡੇ ਹੀ ਆ, ਚਾਹੇ ਕਿਸ਼ਤਾਂ ਹੀ ਭਰਨੀਆਂ ਪੈ ਜਾਣ, ਮੈਂ ਕਿਸੇ ਤੋਂ ਘੱਟ ਕਿਉਂ ਚਾਦਰ ਦੇ ਕੇ ਨੀ ਲੋਕ ਪੈਰ ਧਰਦੇ ਬਾਈ, ਦੁਨੀਆ ਤੇਜ਼ ਹੋ ਗਈ ਅਸਲ ਦੇ ਵਿੱਚ, ਸੋਸ਼ਲ ਮੀਡੀਆ ਨੇ ਦਿਮਾਗ ਬਹੁਤ ਖਰਾਬ ਕਰਤਾ ਲੋਕਾਂ ਦਾ ਬਾਈ। ਤੁਸੀਂ ਐਂ ਦੱਸੋ ਅੱਗੇ ਆਪਣੀਆਂ ਕਿਹੜੀਆਂ ਵੀਡੀਓ ਏਦਾਂ ਚੱਲਦੀਆਂ, ਹੁਣ ਤਾਂ ਕੁੜੀਆਂ ਹੀ ਬਹੁਤ ਆ ਗਈਆਂ, ਕੀ ਕੁਛ ਕਰੀ ਜਾਂਦੀਆਂ ਇੰਸਟਾ ਤੇ ਜਾਂ ਹਨਾ, ਜਿਹੜਾ ਕੋਈ ਚੱਲੀ ਜਾਂਦਾ ਲੋਕ ਸਿੱਧੇ ਹੋਏ ਫਿਰਦੇ, ਜੇ ਕੋਈ ਸਾਫ ਵੀਡੀਓ ਪਾਉਂਦਾ ਮੁੰਡਾ, ਮੁੰਡੇ ਦੀ ਵੀਡੀਓ ਦਾ ਮਿਹਨਤ ਕਰਕੇ ਵੀ ਬੰਦੇ ਨੇ ਬਣਾਈ ਹੋਊਗੀ, ਉਹਨੂੰ ਲਾਈਕ ਨਹੀਂ ਆਉਂਦੇ, ਉਹਨੂੰ ਨਹੀਂ ਆਉਂਦੇ, ਤੁਰ ਕੇ ਮਾੜਾ ਜਿਹਾ ਬਸ ਇੱਕ ਕੋਈ ਮਾਰਦੇ। ਬਸ ਇਹ ਚੀਜ਼ ਰਹਿ ਗਈ ਨਾ ਬਸ, ਹੁਣ ਤਾਂ ਵੀ ਤੁਸੀਂ ਦੁਨੀਆ ਉਹੀ ਕਹਿੰਦਾ ਵੀ ਚੇਂਜ ਹੋ ਗਈ, ਗੱਡੀਆਂ ਆ ਗਈਆਂ, ਮਾਡਰਨ ਹੋ ਗਈ ਥੋੜੀ ਜ਼ਿਆਦਾ, ਮਾਡਰਨ ਜ਼ਿਆਦਾ ਹੋ ਗਈ। ਪਹਿਲਾਂ ਵਾਲੇ ਦੌਰ ਦੇ ਵਿੱਚ ਬਈ ਇਹਨਾਂ ਪਤਾ ਕੀ ਹੁੰਦਾ ਸੀਗਾ, ਅਸਲ ਦੇ ਵਿੱਚ ਸਾਨੂੰ ਘਰ ਦੇ ਕੱਪੜੇ ਲਿਆ ਕੇ ਦਿੰਦੇ ਹੁੰਦੇ ਸੀਗੇ, ਮੇਰੀ ਮਾਂ ਆ ਗਈ ਹਨਾ, ਵੀ ਥਾਨ ਲਿਆਤਾ ਕੱਪੜਿਆਂ ਦਾ ਵੀ, ਜੇ ਘਰ ਦੇ ਵਿੱਚ ਤਿੰਨ ਚਾਰ ਜਣੇ ਸਾਰਿਆਂ ਦੇ ਕੁੜਤੇ ਪਜਾਮੇ ਬਣਾ ਦੋ, ਜਿਹੜੇ ਬਚ ਗਏ ਉਹਦਾ ਛੋਟੇ ਦਾ ਬਣਾ ਦੋ। ਹੁਣ ਵੀਰੇ ਕੱਪੜਾ ਲੀੜਾ ਆ ਗਿਆ, ਹੋਰ ਸਿਸਟਮ, ਇਹ ਦਿਮਾਗ ਜਾਣੀ ਦੀ ਲੋਕਾਂ ਦਾ, ਬਾਕੀ ਆ ਜਿਹੜੇ ਵੱਡੇ ਬਣੀ ਜਾਂਦੇ ਵੀਰੇ, ਹੁਣ ਮਾਲ ਮੂਲ ਜਾਂ ਆਪਾਂ ਕਹਿ ਦਿੰਦੇ ਹਾਂ KFC, ਇਹ ਐਵੇਂ ਨੀ ਗੌਰਮੈਂਟ ਨੇ ਲਾਏ, ਜਮਾਂ ਜਿਹੜੇ ਮੀਡੀਅਮ ਜ਼ਿਮੀਦਾਰ ਆ ਉਹਨਾਂ ਨੇ ਵੀ ਖਤਮ ਕਰਨਾ। ਹੁਣ ਆਪਣੇ ਵਰਗਾ ਯਾਰ ਪਹਿਲਾਂ ਬਰਗਰ ਰੇਹੜੀ ਤੋਂ ਖਾਇਆ ਆਉਂਦਾ ਸੀਗਾ, ਬਾਈ 5 ਸਾਲ ਪਹਿਲਾਂ ਹੁੰਦਾ ਹੀ ਨੀ ਸੀ ਇਹੋ ਜਿਹਾ ਕੁਛ, ਹੁਣ ਅਗਲਾ ਜਾਂਦਾ ਉੱਥੇ ਵੀ ਸਨੈਪ ਪਾਉਣੀ, ਹਾਂ ਸਨੈਪ ਪਾਉਣੀ, ਨਾਲੇ 2000 ਰੁਪਈਆ ਦੇ ਕੇ ਆਉਂਦੇ ਆ। ਸਹੀ ਗੱਲ ਆ। ਬਾਕੀ ਵੀਰੇ ਅੱਜ ਕੱਲ ਬਸ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹਿੰਦਾ ਕਿ ਯਾਰ ਆਪਦੇ ਟੱਬਰ ਦੇ ਉੱਤੇ ਕੋਈ ਨੀ ਬਾਈ। ਹਾਂ ਸਹੀ ਗੱਲ ਆ। ਮੇਰੀ ਮਾਂ ਨੇ ਬਹੁਤ ਟਾਈਮ ਮੇਰੇ ਕੋਲ, ਅੱਜ ਦੇ ਟਾਈਮ ਵੀਰੇ ਸਾਰਾ ਕੁਛ ਆ, ਜਿੰਨੇ ਮੇਰੇ ਘਰੇ ਸਾਧਨ ਖੜੇ ਆ, ਸਿਰਫ ਇੱਕ ਮੈਨੂੰ ਸਾਂਝੇ ਘਰ ਚੋਂ ਮਿਲਿਆ ਹੋਇਆ, ਬਾਕੀ ਜਿੰਨਾ ਕੁਛ ਮੈਂ ਲਿਆ ਸਾਰਾ ਕੁਛ ਆਪ ਲਿਆ, ਜਿੰਨਾ ਘਰੇ ਅੱਜ ਤੱਕ ਮੈਂ ਕੀਤਾ, ਮੇਰੀ ਭੈਣ ਵਿਆਹੀ ਆ ਵੀਰੇ, ਮੇਰੀ ਭੈਣ ਵੀ ਹੈਗੀ ਇੱਕ, ਉਹ ਵੀ ਆਪਾਂ ਆਪਦੀ ਆਪ ਵਿਆਹੀ ਆ ਵੀਰੇ ਆਪਾਂ, ਹਨਾ ਮੈਨੂੰ ਕਿਸੇ ਨੇ ਸਾਥ ਸੂਥ ਨਾ, ਆਪਾਂ ਤਾਂ ਕਰਕੇ ਆਪਾਂ ਵੀਰੇ ਕਿਸੇ ਦਾ ਕਰ ਹੀ ਜਾਣੀ ਹੁਣ, ਠੀਕ ਹੈ ਨਾ। ਬਸ ਮੈਂ ਦੇਖ ਲਿਆ ਕਿਉਂਕਿ ਮੇਰੇ ਰਿਸ਼ਤੇਦਾਰ ਵੀ ਸੀ, ਮੇਰੀਆਂ ਫੈਮਿਲੀਆਂ ਵੀ ਸੀਗੀਆਂ ਆਸੇ ਪਾਸੇ, ਪਰ ਮੇਰਾ ਸਾਥ ਨਹੀਂ ਦਿੱਤਾ ਕਿਸੇ ਨੇ ਔਖੇ ਟਾਈਮ ਚ ਵੀ, ਠੀਕ, ਉਹਨਾਂ ਨੇ ਇਹ ਚੀਜ਼ਾਂ ਨਹੀਂ ਦੇਖੀਆਂ ਵੀ ਇਹਦੇ ਟਾਈਮ ਕਿਹੜਾ ਚੱਲ ਰਿਹਾ, ਉਧਰ ਮਾਤਾ ਢਿੱਲੀ ਸੀ, ਪਰ ਮੈਂ ਫੇਰ ਵੀ ਬਾਈ ਆਪਾਂ ਕਹਿੰਦੇ ਰੱਬ ਦੀ ਮਿਹਰ ਆ ਤੇ ਲੋਕਾਂ ਦਾ ਸਾਥ ਬਹੁਤ ਆ ਬਾਈ, ਪਿਆਰ ਬਹੁਤ ਕਰਦੇ ਆ ਮੈਨੂੰ ਸਾਰਾ ਮੇਰਾ ਪਿੰਡ ਵੀ ਹਨਾ, ਮੈਨੂੰ ਨਿੱਕੇ ਨਿੱਕੇ ਨਿਆਣੇ ਵੀ ਜਿਹੜੇ ਜਾਂਦਾ, ਕਿਉਂਕਿ ਉਹਨਾਂ ਨੂੰ ਪਤਾ ਸੁਭਾਅ ਕਿੱਦਾਂ ਦਾ, ਵਧੀਆ ਓਕੇ ਆ ਬਾਈ, ਚੱਲੀ ਜਾਂਦੀ ਜ਼ਿੰਦਗੀ ਸੋਹਣੀ। ਠੀਕ ਹੈ, ਕੋਈ ਹੋਰ ਸੁਨੇਹਾ ਲੋਕਾਂ ਹੋਰ ਸੁਨੇਹਾ ਤਾਂ ਇਹੀ ਆ ਬਾਈ, ਅੱਜ ਦੇ ਟਾਈਮ ਚ ਜੇ ਤੁਸੀਂ ਕਾਮਯਾਬ ਹੋਣਾ, ਇੱਕ ਤਾਂ ਇਹ ਚੀਜ਼ ਨਾ ਦੇਖੋ ਵੀ ਲੋਕ ਕੀ ਕਰਦੇ ਆ, ਜੇ ਤੁਸੀਂ ਲੋਕਾਂ ਕਿੰਨੀ ਦੇਖੋਗੇ ਬਾਈ ਤੁਹਾਡਾ ਘਰ ਫੱਟਿਆ ਜਾਣਾ, ਹਨਾ ਇਹ ਚੀਜ਼ ਨਾ ਦੇਖੋ ਵੀ ਉਹਨੇ ਉਹ ਲਿਆਂਦਾ, ਜੇ ਤੁਹਾਡੇ ਘਰੇ ਸਾਈਕਲ ਆ ਤਾਂ ਤੁਸੀਂ ਸਾਈਕਲ ਦੇ ਟਾਈਮ ਕੱਟ ਲਓ, ਇਹ ਨਾ ਕਹੋ ਵੀ ਅਸੀਂ ਬੁਲਟ ਲੈਣਾ। ਸਹੀ ਗੱਲ, ਬਸ ਇਹੀ ਆ ਵੀਰੇ ਅੱਜ ਕੱਲ ਜਾਣੀ ਦੀ, ਮੈਂ ਤਾਂ ਇਹ ਕਹਿੰਦਾ ਵੀ ਦੌਰ ਬਹੁਤ ਚੇਂਜ ਹੋ ਗਿਆ, ਆਪਦਾ ਸੰਭਲ ਕੇ ਜਿਹੜਾ ਚੱਲੂਗਾ ਬਾਈ ਦੁਨੀਆ ਤੇ ਉਹ ਕਾਮਯਾਬ ਰਹੂਗਾ, ਨਹੀਂ ਖਤਮ ਕਰ ਦੇਣਾ ਇਹਨਾਂ ਨੇ ਥੋੜੇ ਟਾਈਮ ਚ ਹੀ। ਤੇ ਬਸ ਇਹੀ ਆ ਬਾਈ ਵੀ ਆਪਦਾ ਸਾਰਾ ਪੈਰ ਦੇਖ ਕੇ ਪੈਰ ਧਰਿਆ ਕਰੋ, ਐਵੇਂ ਸੰਦਾਂ ਸੁੰਦਾਂ ਚ ਕੋਈ ਨੀ, ਹੁਣ ਅੱਜ ਕੱਲ ਲੋਕ ਪਤਾ ਕੀ ਮੰਨਦੇ ਆ, ਗੁਰੂ ਨੂੰ ਮੰਨਦੇ ਆ ਜਿਹੜੇ ਕੋਲ ਸੰਦ ਆ। ਸਹੀ ਗੱਲ, ਤੁਸੀਂ ਟਰੈਕਟਰ ਲੈ ਲਓ ਵੱਡਾ ਇੱਕ, ਉਹਦੇ ਪਵਾ ਲਓ ਚੌੜੇ ਟਾਇਰ, ਇੱਕ ਅੱਧੀ ਰੱਖੋ ਗੱਡੀ, 2-4 ਸੰਦ ਲੈ ਲਓ ਹੋਰ, ਤੁਹਾਨੂੰ ਆਪੇ ਬਾਪੂ ਕਹਿਣ ਲੱਗ ਜਾਣਗੇ ਸਾਰੇ, ਸਾਰੇ ਹੱਸ ਕੇ ਬੁਲਾ। ਮੈਂ ਕਿਹਾ ਵੀਰੇ ਤੂੰ ਦੇਖੀ ਤੈਨੂੰ ਐਂ ਕਿਆ ਕਰਨਗੇ, ਇਹਦੇ ਵਰਗਾ ਤਾਂ ਬੰਦਾ ਹੀ ਕੋਈ ਨੀ ਦੁਨੀਆ ਤੇ, ਹਜੇ ਇੱਕ ਬੰਦੇ ਦੀ ਜ਼ਿੰਦਗੀ ਹੈ ਵੀਰੇ, ਔਖਾਂ ਬਹੁਤ ਕੱਟੀਆਂ, ਆਪਾਂ ਆਪਦੇ ਹਿਸਾਬ ਨਾਲ ਚੱਲਣਾ, ਆਪਾਂ ਲੋਕਾਂ ਨੂੰ ਦੇਖ ਕੇ ਥੋੜੀ ਚੱਲਣਾ, ਆਪਦੀ ਚਾਦਰ ਦੇਖ ਕੇ ਚੱਲੇਗਾ ਬੰਦਾ, ਵਧੀਆ ਰਹਿੰਦਾ, ਵਧੀਆ ਰਹਿੰਦਾ। ਸਹੀ ਗੱਲ, ਬਾਕੀ ਬਸ ਇਹੀ ਸੁਨੇਹਾ ਬਾਈ, ਅੱਜ ਕੱਲ ਯਾਰੀ ਯੂਰੀਆਂ ਦੇ ਚੱਕਰ ਚ ਨਾ ਬੜੋ, ਮੇਰੇ ਹਿਸਾਬ ਨਾਲ ਕਿਸੇ ਦੀ, ਜਿਹੜੇ ਬੰਦੇ ਤੁਹਾਡੇ ਨਾਲ ਛੋਟੇ ਹੁੰਦੇ ਪਲੇ ਆ ਯਾਰ, ਉਹ ਅਸਲੀ ਤੁਹਾਡੇ ਯਾਰ ਆ, ਜੇ ਤੁਸੀਂ ਕਹੋ ਜਿਹੜੇ ਨਵੇਂ ਆਉਂਦੇ, ਅਸਲ ਦੇ ਵਿੱਚ ਯਾਰ ਯਾਰੀਆਂ ਲੋਕ ਪਾ ਤਾਂ ਲੈਂਦੇ ਆ, ਪਰ ਇਹ ਨਹੀਂ ਸਮਝਦੇ ਵੀ ਜਦੋਂ ਤੁਸੀਂ ਯਾਰੀ ਪਾਉਂਦੇ ਹੋ ਨਾ ਤਾਂ ਸਮਝ ਲਓ ਤੁਹਾਡਾ ਦੁਸ਼ਮਣ ਹੀ ਬਣਾ ਰਹੇ ਹੋ ਤੁਸੀਂ, ਇੱਕ ਤਰ੍ਹਾਂ ਦਾ ਨਵਾਂ ਦੁਸ਼ਮਣ ਤਿਆਰ ਹੋ ਰਿਹਾ। ਜੇ ਤੁਸੀਂ ਕਿਸੇ ਬੰਦੇ ਨਾਲ ਬਹਿ ਕੇ ਖਾ ਰਹੇ ਹੋ ਜਿਹਦੇ ਨਾਲ ਤੁਸੀਂ 5 ਸਾਲ ਖਾ ਲਿਆ, ਜਦੋਂ ਤੁਸੀਂ ਉਹ ਤੋਂ ਪਾਸਾ ਵਟੋਗੇ, ਉਹ ਤੁਹਾਡਾ ਵੀਰੇ ਦੁਸ਼ਮਣ ਹੈ, ਨਾਲੇ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਆਪਣੇ ਬਾਰੇ, ਜਿਹੜਾ ਆਪਾਂ ਨੂੰ ਜਾਣਦਾ ਨਹੀਂ ਉਹਨੇ ਆਪਾਂ ਤਾਂ ਕੀ ਲੈਣਾ ਬਾਈ, ਕੀ ਲੈਣਾ। ਸਹੀ ਗੱਲ, ਸਾਰੀ ਦੁਨੀਆ ਨੂੰ ਆਪਾਂ ਕਹਿੰਦੇ ਉਹ ਦੁਸ਼ਮਣੀ ਆ, ਉਹ ਦੁਸ਼ਮਣੀ ਤਾਂ ਆਪ ਬਣਾਉਂਦੇ ਹਾਂ ਬਾਈ, ਆਪ ਬਣਾਉਂਦੇ ਹਾਂ।
ਜੇ ਨਾਲ ਬਹਿ ਕੇ ਖਾਂਦੇ ਆ ਅਗਲੇ ਦੇ ਮੁੜ ਕੇ ਪਾਸੇ ਹੁੰਦੇ ਆ, ਫਿਰ ਉਹ ਦੁਸ਼ਮਣੀ ਆ ਬਾਈ, ਅਸਲ ਚ ਦੁਸ਼ਮਣ ਯਾਰਾਂ ਚ ਆਪਾਂ ਹੀ ਪਾਲਦੇ ਆ ਬਾਈ ਆਪ ਹੀ। ਅੱਜ ਕੱਲ ਪਿਆਰ ਨੀ ਹੈਗਾ ਲੋਕਾਂ ਦੇ ਵਿੱਚ, ਨਾ ਚਾਚੇ ਤਾਇਆਂ ਚ ਨਾ ਕਿਸੇ ਚ ਹੋਰ, ਕਹਿਣ ਨੂੰ ਕੋਈ ਕਹੀ ਜਾਵੇ ਬਾਈ, ਹਰੇਕ ਦੇ ਮਨ ਦੇ ਵਿੱਚ ਸਿਸਟਮ ਉਹ, ਕਿਉਂਕਿ ਦੁਨੀਆਂ ਚੇਂਜ ਵਾਲੀ ਹੋ ਗਈ ਬਾਈ, ਚੇਂਜ ਹੋ ਗਈ, ਸਹੀ ਗੱਲ। ਹੁਣ ਆਪਾਂ ਤਾਂ ਆਪਦੇ ਦੌਰ, ਆਪਾਂ ਅਸੀਂ ਉਹ ਸਾਈਕਲਾਂ ਵਾਲਾ ਦੌਰ ਕੱਢਿਆ ਬਾਈ, ਮੇਰੇ ਕੋਲ 8ਵੀਂ 10ਵੀਂ ਤੱਕ ਸਾਈਕਲ ਰਿਹਾ। ਅੱਛਾ, ਸਾਈਕਲ ਤੇ ਮੈਂ ਜਾਂਦਾ ਸੀ ਹਨਾ ਸਕੂਲ ਸਕਾਲ, ਉਹਨੂੰ ਵੀ ਬਹੁਤ ਆਇਆ ਹੁੰਦਾ ਸੀ ਵੀ ਮੇਰੇ ਕੋਲ ਸਾਈਕਲ ਆ ਵੀ ਪਾ ਕੇ ਆਏ, ਮਣਕਣੇ ਮੁਣਕਣੇ ਪਾ ਲੈਣੇ ਉਹ ਚਲਾ ਦੌਰ। ਉਹ ਦੌਰ ਦੇ ਵਿੱਚ ਪਲਿਆ ਬਾਈ, ਲੋਕਾਂ ਦੇ ਘਰ ਘਰ ਕੱਚੇ ਹੁੰਦੇ ਸੀਗੇ, ਮੈਂ ਬਹੁਤ ਸਾਡੇ ਇੱਥੇ ਦੇਖਿਆ ਨਾ, ਚਿੜੀਆਂ ਚੁੜੀਆਂ ਦੇ ਬੱਚੇ ਚੱਕ ਲਿਆਉਣੇ ਸੀ ਅਗਲੇ ਬਾਲਿਆਂ ਚੋਂ ਕੱਢ ਕੇ ਹਨਾ। ਉਹ ਦੌਰ ਹੁਣ ਨਿੰਘ ਚੁੱਕਿਆ ਬਾਈ, ਉਹ ਚੀਜ਼ਾਂ ਦੁਬਾਰੇ ਮੁੜ ਕੇ ਨੀ ਆਉਣੀਆਂ। ਹਜੇ ਵੀ ਜਿਵੇਂ ਹੁਣ ਹਜੇ ਵੀ ਤਾਂ ਕਰਕੇ ਪੰਜਾਬ ਬਚਿਆ ਪਿਆ, ਕਿਉਂਕਿ ਜਿਹੜੇ ਬੰਦੇ ਪੁਰਾਣੇ ਆ ਉਹ ਹਜੇ ਹੈਗੇ, ਜਿੱਦਾਂ 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 ਪੀੜੀ ਖਤਮ ਹੋਈ ਜਾਊਗੀ ਉਦਾਂ ਉਦਾਂ ਪੰਜਾਬ ਦਾ ਨੁਕਸਾਨ ਹੀ ਹੁੰਦਾ ਜਾਣਾ ਬਾਈ, ਕਿਉਂਕਿ ਜਿਹੜੀ ਹੁਣ ਵਾਲੀ ਪੀੜੀ ਆ ਉਹਦਾ ਦੌਰ ਹੀ ਚੇਂਜ ਕਰਤਾ ਉਹਨਾਂ ਨੇ ਨਾ, ਦੌਰ ਚੇਂਜ ਕਰਤਾ, ਦਿਮਾਗ ਦਿਮਾਗ ਕਰਤੇ ਆਪਣੇ ਮਾਂ ਪਿਓ ਵਰਗਿਆਂ ਦੇ। ਹੁਣ ਯਾਰ ਦੇਸ਼ ਤੋਂ ਬਾਹਰ ਕੋਈ ਕੋਈ ਗੱਲ ਹੋ ਜਾਂਦੀ ਹੈ ਨਾ ਬਾਈ, ਜਾਂ ਆਪਾਂ ਕਹਿੰਦੇ ਇੱਥੇ ਕੋਈ ਗੱਲ ਹੋ ਗਈ, ਆਪਾਂ ਨੂੰ ਜਦੋਂ ਉਹਨੂੰ ਘਰੇ ਆਉਣੇ ਆਪਣੇ ਮਾਂ ਪਿਓ ਪਹਿਲਾਂ ਹੀ ਦੱਸ ਦਿੰਦੇ ਆਪਾਂ ਨੂੰ ਵੀ ਅੱਜ ਆਹ, ਪਹਿਲਾਂ ਕਿੱਥੇ ਆਪਾਂ ਦੱਸਦੇ ਹੁੰਦੇ ਸੀ ਆ ਗਏ ਮਾਤਾ ਉੱਥੇ ਆਏ ਹੋਇਆ, ਉਹ ਚੀਜ਼ ਫੋਨ ਕਰਕੇ, ਹਾਂ ਫੋਨ ਹੁੰਦੇ ਹੀ ਨਹੀਂ ਸੀ ਬਾਈ, ਫੋਨ ਤਾਂ ਲੋਕਾਂ ਦੇ ਇੱਕ, ਸਾਡੇ ਇੱਕ ਫੋਨ ਹੁੰਦਾ ਸੀ, ਅਸੀਂ ਆਸ ਗੁਆਂਢ ਨੂੰ ਦੱਸ ਕੇ ਆਉਂਦੇ ਸੀ ਵੀ ਤੁਹਾਡਾ ਫੋਨ ਆਉਣਾ, ਉਹ ਫੋਨ ਦੇ ਉੱਤੇ ਖੜੇ ਰਹਿੰਦੇ ਸੀ ਐਂ ਵੀ ਲਾਉਣਗੇ ਹੁਣ। ਹਾਂ ਸਹੀ ਗੱਲ, ਉਹ ਟਾਈਮ ਵੀਰੇ ਗਿਆ, ਟੀਵੀ ਦੇਖਦੇ ਹੁੰਦੇ ਸੀ, ਦੂਜਾ ਉਹਦੇ ਕੇਬਲ ਕੂਬਲ ਤਾਰ ਹੁੰਦੀ ਸੀ ਬਸ ਮਾੜੀ ਮੋਟੀ, ਗੇਮ ਚੱਲੀ ਸੀ ਪਹਿਲਾਂ ਰਿਮੋਟਾ ਵਾਲੀ, ਕਾਊਂਟਰਾ ਕੂੰਟਰਾ ਕਾਊਂਟਰਾ, ਸਹੀ ਗੱਲ ਤੇ ਮਾਰੀਓ, ਉਹ ਬਾਈ ਉਹ ਦੌਰ ਕੱਢਿਆ ਆਪਾਂ। ਜਦੋਂ ਪਲੇ ਸਟੇਸ਼ਨ ਆਇਆ ਕਹਿੰਦਾ 2 ਮਿੰਟਾਂ ਤੇ ਲਿਆਂਦੀ, ਹੁਣ ਤਾਂ ਸਕਰੀਨਾਂ ਵੱਡੀਆਂ ਬਾਈ, ਪਹਿਲਾਂ ਟੈਲੀਵਿਜ਼ਨ ਮਸਾਂ ਘਰ ਦੇ ਲੈ ਕੇ ਦਿੰਦੇ ਹੁੰਦੇ ਸੀਗੇ, ਜਦੋਂ ਉਹ ਗੇਮ ਲਿਆਉਂਦੇ ਤੇ ਉਹ ਵੀ ਲੜ ਕੇ ਲਿਆਉਂਦੇ ਤੇ। ਹਾਂ ਵੀਰੇ ਨਾਲ ਦੇ ਯਾਰਾਂ ਕੋਲੇ ਵੀ ਜਾਣਾ ਵੀ, ਉਹਨਾਂ ਨੂੰ ਕਹਿੰਦਾ ਜਾ ਕੇ ਵੀ ਬੇਟੇ ਤੇ ਕੈਸ਼ ਤੋਂ ਲੈ ਕੇ, ਕੈਸ਼ ਤੋਂ ਤਾਂ ਦੇਖੋ ਕਿਹੜਾ ਤੋਂ ਉਦਾਂ ਦੇ ਲੈ ਤਾਂ ਜਾ। ਉਹ ਦੌਰ ਕੱਢਿਆ ਬਾਈ, ਡੋਲੂਆਂ ਡਾਲੂਆਂ ਚ ਅਸੀਂ ਜਾਣਾ ਇੱਥੋਂ, ਜੇ ਕੋਈ ਲੰਗਰ ਲੁੰਗਰ ਹੁੰਦਾ ਉੱਥੋਂ ਲਿਆਉਣਾ, ਉਹ ਚੀਜ਼ਾਂ ਯਾਰ ਉਹ ਚੀਜ਼ਾਂ ਖਤਮ ਹੋ ਗਈਆਂ ਬਾਈ। ਹੁਣ ਤਾਂ ਐਟੀਟਿਊਡ ਹੀ ਲੋਕਾਂ ਦੇ ਵਿੱਚ ਬਹੁਤ ਹੋ ਗਿਆ, ਹੁਣ ਤਾਂ ਅਗਲਾ ਲੰਗਰ ਵੀ ਨੀ ਛਕਦਾ ਬਹਿ ਕੇ, ਜਿਹੜਾ ਆਪ ਹਾਈ ਲੈਵਲ ਸਮਝਦਾ ਕਹਿੰਦਾ ਮੈਂ ਥੱਲੇ ਬਹਿ ਕੇ ਹੁਣ ਇੱਥੇ ਕਿੱਥੇ ਖਾਊ, ਆਪਾਂ ਬਾਹਰ ਖਾ ਲੈਂਦੇ ਹਾਂ। ਲੋਕਾਂ ਦੀ ਸੋਚ ਚ ਫਰਕ ਪੈ ਗਿਆ, ਸੋਚ ਚ ਫਰਕ ਪੈ ਗਿਆ, ਇਹਨਾਂ ਨੇ ਬਈ ਹੌਲੀ ਹੌਲੀ ਸਾਰਾ ਕੁਝ ਖਤਮ ਕਰ ਦੇਣਾ, ਜੇ ਆਪਣਾ ਆਹੀ ਤੌਰ ਰਿਹਾ ਹਨ ਜਿਹੜੇ ਚ ਆਪਾਂ ਚੱਲੀ ਜਾਂਦੇ ਹਾਂ, ਹੌਲੀ ਹੌਲੀ ਬਾਈ ਬਹੁਤ ਨੁਕਸਾਨ ਹੋਣਾ ਹਜੇ। ਤੇ ਬਹੁਤ ਧੰਨਵਾਦ ਬਾਈ, ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤੁਸੀਂ ਪੋਡਕਾਸਟ ਦੇ ਵਿੱਚ। ਥੈਂਕ ਯੂ ਤੁਹਾਡਾ ਤੁਸੀਂ ਆਏ ਹਨਾ, ਕਿਉਂਕਿ ਯਾਰ ਮੈਂ ਕਦੇ ਇੰਟਰਵਿਊ ਵੀ ਕੀਤੀ ਨੀ ਹਨਾ ਪਹਿਲਾਂ ਵੀ, ਕਿਉਂਕਿ ਆਪਾਂ ਯਾਰ ਜੇ ਕਰਨੀ ਹੋਵੇ ਮੈਂ ਤਾਂ ਕਦੇ ਆਪਦੇ ਸੋਸ਼ਲ ਮੀਡੀਆ ਤੇ ਨੀ ਕੁਛ ਪਾਇਆ ਇੱਦਾਂ ਦਾ ਬੋਲ ਕੇ ਕਦੇ ਵੀ, ਨਾ ਆਪਾਂ ਕਿਸੇ ਨੂੰ ਕਦੇ ਜਵਾਬ ਦਿੱਤਾ ਜਾਂ ਰਿਪਲਾਈ ਹਨਾ, ਜੇ ਮੈਂ ਕੁਛ ਬੋਲ ਵੀ ਦਿੰਦਾ ਚਲੋ ਪੇਜਾਂ ਪੂਜਾਂ ਵਾਲੇ ਚੱਕ ਕੇ ਆਪ ਹੀ ਬਣਾ ਦਿੰਦੇ ਆ ਮੁੱਦਾ ਹਨਾ, ਆਪਾਂ ਤਾਂ ਕਿਤੇ ਇਹ ਚੀਜ਼ਾਂ ਕਰੀਆਂ ਨੀ। ਬਾਕੀ ਹੁਣ ਲੱਗ ਗਿਆ ਮੈਂ ਬਲੌਗ ਬਲੂ ਬਣਾਉਣ, ਮੈਨੂੰ ਨਾਲ ਦੇ ਫਿਰ ਘਰਾਂ ਦੇ ਮੁੰਡੇ ਕਹਿਣ ਲੱਗ ਗਏ, ਉਹ ਕਹਿੰਦੇ ਵੀ ਇਸ ਤਰ੍ਹਾਂ ਵੀ ਕੁਛ ਤਾਂ ਕਰ ਵੀ ਸਾਡਾ, ਸਾਨੂੰ ਹੀ ਲੋਕ ਦੇਖ ਲੈਣਗੇ, ਸਾਡੇ ਚ ਵੀ ਟੈਲੈਂਟ ਹੋ ਨਿਕਲ ਸਕਦਾ ਬਾਈ, ਤਾਂ ਕਰਕੇ ਫਿਰ ਮੈਂ ਯੂਟਿਊਬ ਚੈਨਲ ਬਣਾ ਲਿਆ ਬਾਈ ਹੁਣ, ਮਾਈ ਆਈ ਦੀਆਂ ਵੀਡੀਓ। ਬਾਕੀ ਜਿਹੜਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਹੈਗਾ ਆਪਾਂ ਸ਼ਰੇਆਮ ਹੀ ਚੱਲਦੇ ਹਾਂ ਬਾਈ, ਬਹੁਤ ਲੋਕਾਂ ਦਾ ਵੀ ਪਿੱਛੇ ਸੈਂਡ ਲੈ ਕੇ ਦੇਖ ਲਏ, ਕਿਸੇ ਨੇ ਕੁਛ ਨਹੀਂ ਦਿੱਤਾ ਬਾਈ, ਬਹੁਤ ਜ਼ਿੰਦਗੀ ਕਰ ਲਈ ਮੈਂ, 28-29 ਸਾਲਾਂ ਦਾ ਹੋ ਗਿਆ ਬਾਈ, ਤੇ ਬਹੁਤ ਪਿੱਛੇ ਦੇਖ ਕੇ ਆਉਂਦੀ ਹੈ ਜ਼ਿੰਦਗੀ। ਬਸ ਮੈਂ ਤਾਂ ਇਹ ਗੱਲ ਕਹਿੰਦਾ, ਡੇਲੀ ਬਲੌਗਿੰਗ ਕਰਦੇ ਹੋ? ਨਹੀਂ ਵੀਰੇ, ਬਣਾ ਲਈਦਾ ਕਦੇ ਜਿੱਦਾਂ ਪ੍ਰੋਗਰਾਮ ਹੁੰਦਾ, ਮੁੰਡੇ ਇਕੱਠੇ ਹੋਈਦੇ, ਉਹ ਤਾਂ ਪੈਸੇ ਇਕੱਠੇ ਹੁੰਦੇ ਆ, ਇਕੱਠੇ ਹੁੰਦੇ ਸਾਰੇ, ਕਿਉਂਕਿ ਆਪਣਾ ਵੀਰੇ ਪਿਆਰ ਬਹੁਤ ਆ ਸਾਡੇ ਨਾ ਘਰਾਂ ਦੇ ਵਿੱਚ, ਅਸੀਂ ਘੱਟੋ ਘੱਟ 50-60 ਮੁੰਡੇ ਆ ਬਾਈ, ਠੀਕ ਹੈ, ਤੇ ਸਾਰੇ ਹਾਣੀ ਸੀਗੇ, ਤੇ ਸ਼ੁਰੂ ਤੋਂ ਫਿਰ ਅਸੀਂ ਨਾਲ ਖੇਡਦੇ ਰਹੇ, ਚਲੋ ਅੱਧੇ ਬਾਹਰ ਚਲੇ ਗਏ, ਹੌਲੀ ਹੌਲੀ ਉਹ ਵੀ ਦੌਰ ਖਤਮ ਹੁੰਦਾ ਜਾਂਦਾ, ਹਜੇ ਵੀ ਪਰ ਅਸੀਂ ਬੈਠੇ ਹਾਂ 30-40 ਜਾਣੇ, ਉਹ ਚ 10-15 ਜਾਣੇ ਬਾਹਰ ਸੈੱਟ ਹੋ ਗਏ, ਮੈਂ ਆ ਜਾਂਦਾ, ਮੈਨੂੰ ਵੀ ਤਾਂ ਕਰਕੇ ਆਉਣਾ ਪੈਂਦਾ, ਮੇਰਾ ਇੱਧਰ ਜੀ ਲੱਗਦਾ ਵੀਰੇ, ਵਧੀਆ ਆਪਣਾ ਵਧੀਆ ਇੱਥੇ ਖਾ ਲਈਦੀ ਆ ਜਿੰਨਾ ਕੁ ਰੱਬ ਦਿੰਦਾ ਹਨਾ। ਫੈਮਿਲੀ ਦੇ ਵਿੱਚ ਵੀ ਜਿੱਦਾਂ ਮੈਨੂੰ ਘਰਦਿਆਂ ਨੇ ਜ਼ਿਆਦਾ ਪਿੱਛੇ ਮੇਰੀ ਸਪੋਰਟ ਨਹੀਂ ਕੀਤੀ ਨਾ ਸ਼ੁਰੂ ਤੋਂ, ਆਪਾਂ ਕਿਤੇ ਰਿਸ਼ਤੇਦਾਰੀ ਚ ਜਿੱਦਾਂ ਮੇਰਾ ਡੈਡੀ ਦਾਰੂ ਪੀ ਲੈਂਦਾ ਸੀ, ਸਾਨੂੰ ਕਈ ਕਈ ਰਾਤਾਂ ਬਈ ਰਿਸ਼ਤੇਦਾਰੀ ਚ ਵੀ ਕੱਢ ਕੇ ਆਉਣੀਆਂ ਪੈਂਦੀਆਂ ਸੀ, ਕੋਈ ਨਹੀਂ ਸੀ ਜਾਂਦਾ ਪਿੱਛੇ ਲੈਣ ਵੀ ਹਨਾ,
ਫੇਰ ਉਹਨੇ ਜਦੋਂ ਸੋਫੀ ਹੋਣਾ ਕਿਤੇ ਉਹਦੇ ਦਿਮਾਗ ਤੇ ਕੰਮ ਕਰਨਾ, ਮੈਂ ਤਾਂ ਨਿਆਣੇ ਭੇਜਤੇ ਡੈਡੀ ਨੇ, ਫੇਰ ਉਹਨੇ ਸਾਡੇ ਪਿੱਛੇ ਆਉਣਾ ਸਾਨੂੰ ਲੈ ਆਉਣਾ, ਫੇਰ ਆ ਕੇ ਇੱਕ ਦੋ ਦਿਨਾਂ ਬਾਅਦ ਫੇਰ ਉਹੀ ਕੁਛ। ਬਹੁਤ ਕੁਛ ਦੇਖਿਆ ਬਾਈ ਮੇਰੀ ਮਾਤਾ ਦੇ, ਜਿੱਦਾਂ ਡੈਡੀ ਹੁੰਦਾ ਸੀਗਾ ਚਲੋ ਆਪਦੀ ਉਹਨਾਂ ਦੀ ਚੱਲਦੀ ਰਹਿੰਦੀ ਸੀ ਫੈਮਿਲੀ ਚ ਨਾ, ਬਸ ਉਹ ਜ਼ਿੰਦਗੀ ਵੀਰੇ ਮੈਂ ਬਹੁਤ ਔਖਾਂ ਲਈ ਕੱਢੀ ਆ। ਮੈਂ ਲੋਕਾਂ ਦੇ, ਮੈਂ ਮਾਤਾ ਨੂੰ ਨਾਲ ਗਲੀਆਂ ਦੇ ਵਿੱਚ ਅਸੀਂ 12-12 ਵਜੇ ਜਾ ਕੇ ਅਸੀਂ ਲੋਕਾਂ ਦੇ ਗੇਟ ਖੜਕਾ ਕੇ ਵੀ ਸੌਂਦੇ ਰਹੇ ਹਾਂ ਲੋਕਾਂ ਦੇ ਘਰੇ, ਕਿਉਂਕਿ ਆਪਦੇ ਉਹ ਤਾਂ ਖੋਲਦੇ ਨੀ ਹੁੰਦੇ, ਪਤਾ ਹੁੰਦਾ ਸੀਗਾ ਵੀ ਇੱਥੇ ਆ ਕੇ ਲੜੂਗਾ ਸ਼ਰੀਕੇ, ਫਿਰ ਕਿੱਥੇ ਹਨਾ ਸਿਸਟਮ। ਕਿਸੇ ਨੇ ਸਾਥ ਨੀ ਬਹਿ ਦਿੱਤਾ ਮੇਰਾ ਕਿਸੇ ਨੇ, ਮੈਂ ਜ਼ਿੰਦਗੀ ਇਕੱਲੇ ਨੇ ਬਹੁਤ ਔਖੀ ਕੱਢੀ ਆ ਹੁਣ ਤੱਕ। ਇਹ ਚੀਜ਼ਾਂ ਮੈਂ ਹੀ ਸਮਝ ਸਕਦਾ ਵੀਰੇ, ਮੇਰੇ ਹੀ ਦਿਲ ਤੇ ਸਮਝ ਸਕਦਾ, ਪਰ ਅੱਜ ਤੱਕ ਮੇਰੀ ਮਾਤਾ ਨੇ ਵੀਰੇ ਕਿਤੇ ਮੱਥੇ ਪੱਟ ਨੀ ਪਾਇਆ ਮੇਰੇ ਨਾਲ। 10-10, 20-20 ਯਾਰ ਆ ਜਾਂਦੇ ਹਨਾ, ਉਹਨੇ ਕਦੇ, ਜੇ ਮੈਂ ਮਾਤਾ ਨਾਲੇ ਇੰਨੀ ਬਿਮਾਰ ਰਹਿੰਦੀ ਆ ਉਹ, ਪਰ ਉਹਨੇ ਫੇਰ ਵੀ ਜਿਵੇਂ ਉਹਨੂੰ ਖੁਸ਼ੀ ਹੁੰਦੀ ਆ ਵੀ ਹਨਾ, ਜੇ ਕੋਈ ਫੈਮਿਲੀ ਚ ਆਉਂਦਾ ਵੀ ਮੇਰਾ ਪੁੱਤ ਦੇ ਨਾਲ ਲੋਕ ਵਰਤਦੇ ਆ ਗਏ। ਵਧੀਆ ਵੀਰੇ, ਸਾਰਿਆਂ ਦਾ ਅੱਜ ਤੱਕ ਮਾਣ ਹੀ ਕੀਤਾ ਬਾਈ ਆਪਾਂ ਕਿਸੇ ਨੂੰ ਅੱਜ ਤੱਕ ਜਾਂ ਹਨਾ ਕਿਸੇ ਦਾ ਨਾਮ। ਪਹਿਲੀ ਗੱਲ ਤਾਂ ਤੁਸੀਂ ਕਿਸੇ ਦੀ ਨਿੰਦਿਆ ਨਾ ਕਰੋ ਹਨਾ, ਲੋੜ ਹੀ ਨੀ ਬਾਈ। ਜੇ ਤੁਹਾਡਾ ਫਰਕ ਵੀ ਕਿਸੇ ਨਾਲ ਪੈ ਗਿਆ ਤੁਸੀਂ ਚੁੱਪ ਕਰਕੇ ਪਾਸੇ ਹੋ ਜਾਓ, ਸਹੀ ਗੱਲ, ਠੀਕ ਹੈ ਨਾ। ਤੁਹਾਡਾ ਨਹੀਂ ਬਣਦੀ, ਤੁਹਾਡੀ ਅੰਡਰਸਟੈਂਡਿੰਗ ਨਹੀਂ ਹੁੰਦੀ ਉਹ ਚੀਜ਼ਾਂ, ਫਿਰ ਇਹ ਹੁਣ ਅੱਜ ਕੱਲ੍ਹ ਯਾਰ ਲੋਕ ਹਨਾ ਪਤਾ ਕੀ ਫੇਮ ਦੇ ਚੱਕਰਾਂ 'ਚ ਜ਼ਿਆਦਾ ਪੈ ਗਏ ਬਈ, ਸੋਸ਼ਲ ਮੀਡੀਆ 'ਤੇ ਜ਼ਿਆਦਾ ਆਉਂਦੇ ਆ, ਫਿਰ ਉਹ ਜੇ ਲੜਦੇ ਵੀ ਆ ਸਿੱਧਾ ਬੰਦੇ ਨੂੰ ਫੋਨ ਨਹੀਂ ਲਾਉਣਾ, ਪਹਿਲਾਂ ਸਟੋਰੀ ਪਾਉਣੀ ਆ ਕਰਕੇ ਪਾਉਣੀ ਆ ਵੀ ਯਾਰ ਐਂ ਫਲਾਨਾ ਧਿਓਂਕਾ, ਬਸ ਫਿਰ ਉਹ ਰੀਲਾਂ ਵੀ ਜਦੋਂ ਅਸਲ 'ਚ ਨਾ ਜਦੋਂ ਕਿਸੇ ਨੂੰ ਆਪਾਂ ਨਫ਼ਰਤ ਕਰਨ ਲੱਗ ਜਾਂਦੇ ਹਾਂ ਫਿਰ ਉਹੋ ਜਿਹਾ, ਫਿਰ ਉਹਨਾਂ ਨੂੰ ਮਟੀਰੀਅਲ ਜੇ ਤੂੰ ਕੁਛ ਪਾਏਗਾ ਵੀ ਉਹਨੂੰ ਇਹ ਲੱਗਣਾ ਕਿ ਇਹਨੇ ਮੈਨੂੰ ਕਿਹਾ, ਸਹੀ ਗੱਲ ਹੈ ਹਨਾ। ਉਹ ਦਿਮਾਗ ਆਪਣੀ ਉੱਥੇ ਉਨਾ ਕੁ ਚੱਲਦਾ ਹੁਣ, ਕਿਉਂਕਿ ਆਪਾਂ ਰਹੀ ਸੋਸ਼ਲ ਮੀਡੀਆ ਜੋਗੇ ਗਏ ਬਾਈ, ਇਕੱਲਾ ਸੋਸ਼ਲ ਮੀਡੀਆ ਰਹਿ ਗਿਆ ਆਪਣੇ ਪੱਲੇ ਲੋਕਾਂ ਦੇ ਸਾਰਿਆਂ ਦੇ ਬਸ।